ृद्रद्वासनकृतभिषम् वेजयन्त्यम् च मालाम् अगन्धान् वेनरसृभ्यां पूरयन् गोपवृन्दै बृन्दारण्यम् स्वपदरमणम् प्राविशति कीर्ति वंशी विभूषितकरा नवनीरुदाका पीताम्बरा चरणबिम्बकलाधरोष्ठा पूर्णिन्दुसुन्दरमुखादरविन्दनेत्रा कृष्णापरम् किमपि तत्त्वमहम् वदामि रामदूताय विद्महे वायुपुत्राय श्रीमहि तन्नाति प्रचोदयात् नमः भगवते वायुनन्दनाय ॐ स्वस्ति श्री गणेशाय नमः श्रीसरस्वत्यै नमः श्रीवेदव्यासाय नमः श्रीशुकदेवाय नमः सर्वेभ्यो ब्रह्मणेभ्यो नमः सर्वेभ्यो सन्तप्रवरेभ्यो नमः बालकृष्णलालकी जय सर्वसन्तो सत्यसनातनधर्म Hare Rama, Hare Rama, Hare Rama, Hare Rama, Hare Rama. Hare Krishna, Hare Rama, Hare Rama. Hare Krishna, नहीं तो सुव जाएगी पकड़ लो हमारा कुछ ना बिगड़ेगा तुम्हारी लाज जाएगी हमारा कुछ ना बिगड़ेगा तुम्हारी लाज जाएगी हरे कृष्णा हरे कृष्णा हरे
ਆਪਣਾ ਦੇਵਤਾ ਆਪਣਾ ਰੱਬ ਆਪਣਾ ਗੁਰੂ ਮੰਨੇ ਦਾ ਹੋਵੇ। ਕਦੇ ਕਦੇ ਜਿਲ੍ਹਾ ਮਰਤੀ ਜਾਂਦਾ ਉਹਲਾ ਮੁਕਰੀ ਜਾਂਦਾ ਨਾਬਰ ਹੋਈ ਜਾਂਦਾ, ਆਖਦਾ ਮੈਂ ਕੋਈ ਪਰਮਾਤਮਾ ਨਹੀਂ ਜਾਣਦਾ, ਮੈਂ ਕਿਸੇ ਵੀ ਗੁਰੂ ਨਹੀਂ ਮੰਨਦਾ ਤੇ ਕੋਈ ਮੇਰਾ ਧਰਮ ਮਤ
ਨਹੀਂ ਲੈ ਕੇ ਜੇ ਬੰਦੇ ਦੀ ਇਹ ਆਖਿਆ ਜਾਂਦਾ ਕਿ ਬੰਦਾ ਉਸ ਪਰਮੇਸ਼ਰ ਦਾ ਅੰਸ਼ ਹੈ ਜ਼ਰੂਰੀ ਹੈ ਪਰਮਾਤਮਾ ਦੇ ਵਸਤ ਬੰਦੇ 'ਚ ਹੈ ਬੰਦਿਆਂ ਪਰ ਪੁੱਤਰ ਜ਼ਰੂਰ ਹੁੰਦਾ ਜੇ ਮਤਾ ਨਹੀਂ ਹੋਇਆ ਤਾਂ ਥੋੜ੍ਹਾ ਜਿਹਾ ਸਹੀ ਜੀ ਅੰਦੋਗਰੀ 'ਚ ਖੁਆਨ ਪਾਉਂਦੇ ਨਾ ਜੇ ਬੱਲੇ ਦਾ ਬੱਲਾ ਨਹੀਂ ਹੋਇਆ ਤੇ ਮੱਥਾ ਖੁੱਲੀ ਜ਼ਰੂਰ ਹੋ ਜੇ ਅਸੀਂ ਸਾਰੇ ਲੋਕ ਉਸ ਪਰਮੇਸ਼ਰ ਦੀ ਸੰਤਾਨ ਹਾਂ ਅਸੀਂ ਸਾਰੇ ਦਾ ਉਹ ਪਰਮੇਸ਼ਰ ਹੈ ਇਹ ਗੱਲ ਵੱਖਰੀ ਹੈ ਜਿਸੀ ਨਹੀਂ ਮੰਨਣਾ ਉਹ ਹੋਰ ਹੈ ਜਿਸੀ ਤੁਸੀਂ ਮੰਨਦੇ ਹੋ ਉਹ ਹੋਰ ਕਿਸੇ ਨੇ ਕਿਸੇ ਜਵਾਨੀ 'ਚ ਦੇਖਿਆ ਤੇ ਕਿਸੇ ਨੇ ਬੁਢਾਪੇ 'ਚ ਦੇਖਿਆ ਹੁਣ ਫੋਟੋ ਦੋਨੇ ਕੋਲ ਐਨ ਦੋਏ ਵੱਖਰੇ ਵੱਖਰੇ ਇੱਕ ਬੰਦੇ ਦੇ ਫੋਟੋ ਜਿਹੜੇ ਕੁਦਰਤੀ ਮੇਰਾ ਇੰਪ੍ਰੈਸ਼ਨ ਬੜਾ ਮਾੜਾ ਉਹ ਮੈਂ ਸ਼ੈਤਾਨ ਸਮਝਦੇ ਐ ਵੀ ਸ਼ੈਤਾਨ ਹਾਂ ਜਿਲ੍ਹਾ ਦਿਨ ਬਦਲੀਏ ਮੇਰੀ ਲੋਕ ਸ਼ਾਸਤਰੀ ਆਖਣ ਲਈ ਤੇ ਮੇਰੀ ਬੜੀ ਮਸ਼ਹੂਰੀ ਹੋਈ ਤਾਂ ਜਿਹੜੇ ਮੇਰੇ ਮਾਸਟਰ ਹੈ ਉਹਨੇ ਰੋਜ਼ ਕਥਾ ਦੇ ਵਿੱਚ ਉੱਠੀ ਆਉਣਾ ਤੇ ਲੋਕੀ ਕਹਿੰਦੇ ਸਿਫਤਾਂ ਕਰਨੀਆਂ ਕਿ ਭਾਈ ਇਹ ਜਿਹੜਾ ਹੈ ਨਾ ਸ਼ਾਸਤਰੀ ਤੇ ਕੋਈ ਬੜਾ ਪੁਰਾਣੇ ਜਨਮਾਂ ਦਾ ਯੋਗੀ ਹੈ ਨੇਹਾ ਹੈ ਨੇਹਾ ਹੈ ਹੁਣ ਬੜੀ ਦੁਨੀਆ ਇੱਕ ਰੋਜ਼ ਮੇਰੀ ਨਜ਼ਰ ਮਾਸਟਰ ਹੁੰਦਾ ਪਰ ਪਈ ਗਈ ਮੈਂ ਉੱਠਿਆ ਮਾਸਟਰ ਹੁੰਦੇ ਪੈਰ ਬੰਦੇ ਪਰਮਾਤਮਾ ਹੀ ਰਾਮ ਕਰੀਏ ਜਾਣਤਾ ਸਾਡੇ ਸਾਰੇ ਬਜ਼ੁਰਗਾਂ ਆਖਿਆ ਉਹ ਰਾਮ ਹੈ ਇੰਨੀ ਚਿਰ ਇੱਕ ਭਗਵਾਨ ਕ੍ਰਿਸ਼ਨ ਬਣਨੇ ਤੂੰ ਵੀ ਆਇਆ ਹਰ ਤੂੰ ਵੀ ਅਸੀਂ ਕ੍ਰਿਸ਼ਨ ਮੰਨਣ ਲਈ ਤੇ ਦੋਵੇਂ ਦੇ ਵਿੱਚ ਭੁਲੇਖਾ ਪਈ ਹੈ ਇੱਕ ਨੇ ਆਖਿਆ ਰਾਮ ਹੈ ਦੂਏ ਨੇ ਆਖਿਆ ਕ੍ਰਿਸ਼ਨ ਹੈ ਉਹ ਇੱਕ ਆ ਨਾ ਉਹ ਪਹਿਲੇ ਮਤੇ ਹੀ ਤੇ ਨਾ ਉਹ ਹੁਣ ਮਤੇ ਹੋਏ ਪਰਮੇਸ਼ਰ ਇੱਕ ਹੈ ਆਹ ਤੂੰ ਸਾਰੇ ਇੱਕੇ ਵਿਵਾਦ ਉਹਨਾਂ ਸਾਰੇ 'ਚ ਉਹਨੂੰ ਫਰਕ ਬੜਾ ਹੋਈ ਹੈ ਇੱਕੇ ਮਾਊ ਦੇ ਇੱਕੇ ਬੱਬਾ ਦੇ ਪੰਜ ਸੱਤ ਪੁੱਤਰ ਹੁੰਦੇ ਕੋਈ ਮੰਦਰਾ ਹੁੰਦਾ ਕੋਈ ਲੰਮਾ ਹੁੰਦਾ ਕੋਈ ਪੜ੍ਹਿਆ ਹੁੰਦਾ ਕੋਈ ਅਨਪੜ੍ਹ ਹੁੰਦਾ ਜਿਹੜੀ ਉਹਦਾ ਅੱਗੇ ਅੱਗੇ ਮੂੰਹ ਜੁੜਦੀ ਜਾਂਦੀ ਨਾ ਉਹ ਇਸ ਤਰ੍ਹਾਂ ਕੁਸਿਆ ਦੇ ਵਿੱਚ ਆ ਜਿਹੜੇ ਨਾ ਭਲਿਆਂ ਕੁੰਡ ਨਿਕਲ ਤੇ ਕੁਸਿਆ ਦੇ ਜਿਹੜੇ ਨਿਕਲਣ ਬੜੇ ਚਨਾਰ ਨਿਕਲ ਇੰਨੀਆਂ ਗਏ ਸਾੜਾ ਉਹਦੇ ਕੰਨੇ ਛਿੰਡਾ ਪੇ ਦੇ ਦੋ ਚਾਰ ਸਾਲ ਨਹੀਂ ਲੱਖਾਂ ਜਨਮ ਹੋਏ ਹੁਣ ਉਹ ਪੁਰਾਣਾ ਛਿੰਡਾ ਅਸੀਂ ਵੀ ਉਹਦੇ ਕੰਨੇ ਮਿਲਣ ਨਹੀਂ ਦਿੱਤਾ ਸਾਡੇ ਵਿੱਚ ਉਹ ਜਿਹੜੀਆਂ ਬੁਰਾਈਆਂ ਜਿਹੜੀਆਂ ਸਾਡੇ ਵਿੱਚ ਮਿੱਠੀਆਂ ਹੋਣੀਆਂ ਚਾਹੀਦੀਆਂ ਹੁਣ ਉਹ ਕਰ ਕਰੀ ਹੁਣ ਉਹ ਛੋੜਦੀਆਂ ਨਹੀਂ ਅਸੀਂ ਗੀ ਕਿਸੇ ਦਾਵੇ ਕੋਲ ਕੰਬਲ ਹਨਾ
ਜਿਵੇਂ ਕੰਬਲ ਹਾ ਤੇ ਉਹਨਾਂ ਉਹਦੀ ਕੁੱਲੀ ਲੱਗ ਆਈ ਜ਼ਿਆਦਾ ਹਾ ਉਧਰ ਰੁਲੈਕਸ ਕੀਤਾ ਉਹਨਾਂ ਉਹਲੇ ਕੰਬਲ ਨਹੀਂ ਛੋੜਿਆ ਜਿਲੇ ਥੋੜੀ ਅੱਗੇ ਗਿਆ ਤੇ ਧੁੱਪ ਚੜੀ ਪਰ ਕੁੱਲੀ ਪਿਛੇ ਰਹੀ ਇਹਦੀ ਹੁਣ ਇੱਥੇ ਕਿੱਥੇ ਫਿਰ ਬੂਚੜੀ ਉੱਪਰ ਛੋੜਿਆ ਤਾਰੇ ਨੇ ਸੋਚਿਆ ਇੱਥੇ ਛੋੜਨਾ ਉੱਥੇ ਛੋੜਨਾ ਬੱਲੇ ਬੱਲੇ ਵਰਖਾ ਲੱਗੀ ਕੰਬਲ ਗਿਆ ਸਿੱਜੀ ਜਿਲੇ ਉਹ ਕੰਬਲ ਸਿੱਜੀ ਆ ਨਾ ਤੇ ਬਾਵਾ ਤੇ ਛੋੜਨਾ ਚਾਹੁੰਦਾ ਕੰਬਲ ਪਰ ਕੰਬਲ ਨਾ ਬਾਰੇ ਹੀ ਛੋੜਦਾ ਕੀ ਪਿੱਛੋ ਉਹਦੇ ਕੰਨੇ ਹੁਣ ਅਸੀਂ ਅੱਜ ਮੈਂ ਤੇ ਚਾਹੁੰਦਾ ਕਿ ਮੈਂ ਸਮਾਜ ਛੋੜੀਏ ਇਹਦਾ ਦੂਰ ਵੱਖਰਾ ਹੋਈ ਹੈ ਪਰ ਸਮਾਜ ਨਹੀਂ ਛੋੜਦਾ ਜਿੰਨਾ ਚਿਰ ਦਸ ਪੰਜਾਹ ਹਜ਼ਾਰ ਲੋਕ ਨਹੀਂ ਬੈਠੇ ਤੇ ਉਹਨਾਂ ਚਿਰ ਮੇਰੀ ਸਵਾਦ ਹੁਣ ਜਿਲੇ ਲੋਕੀ ਸਵਾਦ ਆਉਣ ਲੱਗਾ ਤਿੰਨੇ ਅੱਖਰੀਆਂ ਤੁਕਦੇ ਫਿਰਨਾ ਮੈਂ ਇਸੇ ਅੱਖਰੀ ਤੁਸੀਂ ਉਹ ਚਲਾਇਆ ਕਹਿੰਦੇ ਨਹੀਂ ਤੇ ਚਾਰ ਦਿਨ ਬਹੁਤ ਗਏ ਦਰਿਆ ਦਾ ਕੰਢਾ ਮਜ਼ਾ ਲੈ ਕੇ ਪਰ ਭਾਈ ਜਿਲੇ ਮੈਂ ਚਾਹੁੰਦਾ ਹਾਂ ਨਾ ਲੋਕ ਜੀ ਉਹਨਾਂ ਲੋਕ ਮਿਗੀ ਨਹੀਂ ਚਾਹੁੰਦੇ ਆ ਹੁਣ ਮੈਂ ਤੇ ਚਾਹੁੰਦਾ ਕਿ ਕਿਤੇ ਛੋੜੀਏ ਵੱਖਰਾ ਵਾ ਪਰ ਜਿੱਥੇ ਵੀ ਜਾ ਉੱਥੇ ਲੋਕ ਰਹੇ ਕਈ ਚਿਰ ਸੁੱਤੇ ਵੀ ਹੋਇਆ ਹਾਂ ਪਰਸੋਂ ਮਨ ਕੀਤਾ ਰਾਤੀ ਸਹੀ ਗੱਲ ਜਿਲੇ ਪਰਸੋਂ ਸੁੱਤਾ ਰਾਤੀ ਸੁੱਤਾ ਕਿਤੇ ਦੂਰ ਜਾੜਿਆ ਤੇ ਚਲੇ ਗਿਆ ਜਿਲੇ ਬੜਲਾ ਉੱਠਿਆ ਦੇਖਿਆ ਮੇਰੇ ਲਾਗੇ ਕੋਈ ਨੀ ਚਾਰ ਵਜੇ ਦੇ ਮੈਂ ਘੜੀ ਹੋ ਸਕਦਾ ਹੁਣ ਜਾਗ ਆਈ ਤੇ ਉਹਦਾ ਲੋ ਇਹਦੀ ਹੀ ਦੇਖਿਆ ਤੇ ਪੰਜ ਚਾਰ ਸੌ ਲੋਕ ਆਲਾ ਦੁਆਲਾ ਦੇਖਿਆ ਮਤਲਬ ਐਕਟਿੰਗ ਬੁਰਾਈਆਂ ਚ ਫਸੀਏ ਦੀਆਂ ਇੱਕ ਦੋ ਨਹੀਂ ਸਾੜੇ ਚ ਤਕਰੀਬਨ ਜਿੰਨੇ ਵੀ ਅਸ ਲੋਕ ਆ ਨਾ ਅਸ ਆਪਣੇ ਕੀਤੇ ਦੇ ਭਾੜੇ ਚ ਆਪੋ ਫਸੀਏ ਦੀਆਂ ਹੁਣ ਉਹਦੇ ਚ ਨਿਕਲਣੀ ਹੈ ਜਿਲੇ ਕੁਸਾਰੀ ਕੁੜੀ ਜਾਗਤਾ ਦਾ ਵਿਆਹ ਹੁੰਦਾ ਉਹਨਾਂ ਦੇ ਦਿਮਾਗ ਚ ਪਿਛੜੀ ਗੱਲ ਨਹੀਂ ਹੁੰਦੀ ਵੀ ਸਾਡੇ ਅੱਗੇ ਜਾਗ ਕੁੜੀਆਂ ਹੋਣੇ ਨੂੰ ਕੀ ਉਹ ਜਵਾਨ ਹੋਣੇ ਕੀ ਹੁੰਦੇ ਵਿਆਹ ਲਈ ਕੀ ਅੱਗੇ ਪੋਤਰੇ ਨੇ ਪਿਛੜੀ ਗੱਲ ਹੁੰਦਾ ਉਹਦੇ ਦਿਮਾਗ ਕਿ ਨਹੀਂ ਬੋਲਣ ਨਹੀਂ ਸੋਚਿਆ ਹੁੰਦਾ ਵੀ ਕੁੜੀ ਉੱਪਰ ਚੜ੍ਹਨਾ ਹੁਣ ਟੋਰ ਹੈ ਕੁੜੀ ਨੇ ਸੋਚਦਾ ਹੁੰਦਾ ਦੇਖੋ ਕਿਆ ਦੀ ਮੌਜ ਹੈ ਪਾਲਕੀ ਉੱਪਰ ਲੋਕ ਚੁੱਕੀ ਲਿਆ ਦੇ ਪਰ ਉਹਦੀ ਘੜੀ ਸਾਰੀ ਦੀ ਮੌਜ ਜਿਹੜੀ ਹੈ ਪੂਰੀ ਉਮਰੀ ਦਾ ਰੋਣਾ ਬਣੀ ਜਾਂਦਾ ਬਾਅਦ ਵਿੱਚ ਉਹ ਚਾਹੁੰਦੇ ਕਿ ਘਰ ਛੋੜੀਏ ਖਾ ਲੱਗੀ ਅੱਜ ਕੋਲ ਮਰੀ ਜਾ ਚੈ ਪਰ ਉਹ ਘਰ ਨਹੀਂ ਛੋੜਦਾ ਜਿਹੜੇ ਵੀ ਅੱਜ ਸਿਆਣੇ ਨੇ ਬਜ਼ੁਰਗ ਨੇ ਉਹ ਅੱਜ ਪਛਤਾਉਂਦੇ ਨੇ ਯਾਰ ਕੁੱਕੇ ਇਸ ਤਰ੍ਹਾਂ ਸਿਆਸੇ ਹੀ ਫਸ ਗਿਆ ਲੇਕਿਨ ਸਾਰੇ ਆਪਣੇ ਕੀਤੇ ਦੇ ਨਾ ਇਹਨੇ ਗਿਆ ਛੋੜੀ ਨਹੀਂ ਅਸੀਂ ਇਹ ਦਲਾਸਾ ਦੇਣੇ ਲਈ ਜਿਹੜੇ ਸਾਡੇ ਗ੍ਰੰਥ ਨਾ ਜਾਂ ਜਿਹੜੇ ਸਾਡੇ ਮਹਾਤਮਾ ਲੋਕ ਹੋਏ ਉਹਨੇ ਅਸੀਂ ਸਮਝਾਇਆ ਅਸੀਂ ਵੀ ਪਰਮਾਤਮਾ ਲੈ ਪਾਸੇ ਚੱਲਣੇ ਦੀ ਸਲਾਹ ਦਿੱਤੀ ਕਿ ਜਿਹਨੇ ਤੁਸੀਂ ਦੁਖੀ ਹੋਈ ਜਾਂਦੇ ਹੋ ਜਿਵੇਂ ਸਾਡੇ ਵਿੱਚ ਕੋਈ ਦੁਖੀ ਹੋਈ ਜਾਂਦਾ ਘੜੀ ਰੋਣੀ ਚਿੱਠੀ ਲੈ ਜਾਂਦੇ ਕੋਈ ਬੰਦਾ ਦੁਖੀ ਹੋਈ ਜਾ ਚਲੋ ਸ਼ਰਾਬਾ ਦੀ ਕੌਲੀ ਦੀ ਲਈ ਇਹ ਕੋਈ ਨਾ ਕੋਈ ਦੁਖਿਆ ਚ ਫਸੇ ਦੇ ਸੁੱਖ ਧੁੱਪਣ ਦਾ ਕੋਈ ਨਾ ਕੋਈ ਸਾਧਨ ਬਣਾ
ਪਰਮਾਤਮਾ ਦਾ ਨਾਂ ਲਾਇਓ ਥੋੜਾ ਮਤਾ ਆਖਿਆ ਤੇ ਬੜੇ ਵਾਰੀ ਤੇ ਪਰਮਾਤਮਾ ਦਾ ਨਾਂ ਲਾਇਓ ਉਹ ਲੈਤਾ ਵੀ ਬੜੇ ਵਾਰੀ ਸੋ ਹੁਣ ਲੈਂਦਾ ਸਾਰੇ ਆਪਣੇ ਘਰ ਕੋਈ ਝੂਠ ਖਾ ਰਹਾ ਹੈ ਕੋਈ ਝੂਠ ਬਾਲ ਰਿਹਾ ਹੈ ਕੋਈ ਜਿਹਨੇ ਵੀ ਝੂਠਾ ਸਿੱਧਾ ਨਾਂ ਲੈ ਜੇ ਕਿਸੇ ਨਹੀਂ ਧੂਪ ਦਿਖਾਇਆ ਹੋ ਸਕਦਾ ਕੋਈ ਟੀਕ ਲਾਉਣ ਲੱਗਾ ਤਾਂ ਲੱਗਾ ਆਖਿਆ ਮੈਂ ਜੈ ਰਾਜਾ ਤੂੰ ਆਲ ਖੇਤਰ ਪਾਲ ਕਿਸੇ ਨਾ ਕਿਸੇ ਆਖਿਆ ਦਾ ਕੋਈ ਲੁਆਣੀ ਬਣਾ ਦਾ ਇਸ ਨਾਤੇ ਹਰ ਆਦਮੀ ਜਿਹੜਾ ਹੈ ਉਹ ਪਰਮਾਤਮਾ ਦਾ ਨਾਂ ਲੈਣਾ ਚਾਹੁੰਦਾ ਹੈ ਪਰ ਲੈਣਾ ਨਹੀਂ ਮੇਰੀ ਅੱਜ ਬੜਾ ਇੱਕ ਬਜ਼ੁਰਗ ਆਖ ਰਹੇ ਕਿ ਕੋਈ ਗਿਆਨ ਦੀ ਗੱਲ ਸੁਣਾ ਮੈਂ ਮਾਰਾ ਵੀ ਗਿਆਨ ਦੀਆਂ ਗੱਲਾਂ ਬੜੀਆਂ ਸੁਣਦਾ ਗਿਆਨ ਦੀਆਂ ਗੱਲਾਂ ਬੜੀਆਂ ਨਾ ਕਿੰਨੀਆਂ ਸਾਰੀਆਂ ਇੰਨੀ ਨਹੀਂ ਆਉਂਦੀਆਂ ਨਾ ਮੇਰੇ ਕੋਲ ਗਿਆਨ ਦੀਆਂ ਗੱਲਾਂ ਇਹ ਜਿਹੜੇ ਬੁੱਢੇ ਬੈਠੇ ਨੇ ਨਹੀਂ ਮਤੀਆਂ ਪਰ ਜਾਣਦੇ ਵੀ ਇਸ ਤਰ੍ਹਾਂ ਸਾਥ ਕੋਈ ਜਾਣਨੇ ਆ ਵੀ ਤੂੰ ਮੇਰੀ ਇਸ ਤਰ੍ਹਾਂ ਕੋਈ ਦੇਖ ਕੇ ਪਾਰ ਲੋਕ ਜਾਣਦੇ ਵੀ ਦੁੱਖ ਦੇਣਗੇ ਇੱਕ ਦਿਨ ਮੈਂ ਬੜਾ ਪ੍ਰਚਾਰ ਕੀਤਾ ਕਿਸੇ ਕੱਖ ਨੀ ਆਖਣਾ ਰਾਮ ਰਾਮ ਆਖਣਾ ਥੋੜਾ ਜਿਹਾ ਦੇ ਰਿਹਾ ਤੇ ਉੱਥੇ ਇੱਕ ਆਦਮੀ ਜਿਹੜਾ ਉਹ ਸਾਰੇ ਗਾਲੀ ਲਈ ਗਿਆ ਪੁੱਛਿਆ ਭਾਈਆ ਕੀ ਗਾਲੀ ਦਿਆ ਜਿਵੇਂ ਉਸੇ ਪੁੱਛਿਆ ਕੀ ਗਾਲੀ ਦਿਆ ਨਾ ਮਿਗੀ ਨੀ ਚੇਤਾ ਰਿਹਾ ਵੀ ਉਹ ਪ੍ਰਚਾਰ ਕਰਨ ਵਾਲਾ ਜਾਂ ਕਿਹੜਾ ਮੈਂ ਪੰਜ ਸੱਤ ਜਿਹਨੇ ਸੁੱਟੀਆਂ ਸੀ ਲੋਕ ਮੇਰੇ ਕੋਲ ਛਿੜਕਾਣ ਬੇਚਾਰਾ ਹੌਲਾ ਕਿਆ ਕਿਆ ਲੱਗੂ ਤਾਂ ਮੈਨੂੰ ਚੇਤਾ ਖੋਲਿਆ ਆਇਆ ਤੇ ਗਲਤ ਨੀ ਕੀਤਾ ਜਿਹੜਾ ਦੂਏ ਦਿਨ ਪਰਤੀ ਕਥਾ ਉੱਪਰ ਬੈਠਣ ਉਹਲੇ ਖਿਆਲ ਆਇਆ ਯਾਰ ਰਾਤੀ ਮੈਂ ਗਲਤ ਕੀਤਾ ਅਸੀਂ ਮੌਕੇ ਦਾ ਵੇਲੇ ਚੇਤਾ ਭੁੱਲ ਗਏ ਕਦੇ ਕਦੇ ਗਾਲਤਾਂ ਨੇ ਛਾਕਿਆ ਹੁੰਦਾ ਤੇ ਅੰਬਲ ਨਹੀਂ ਦੇਣੀ ਉਹ ਜਿਹੜਾ ਸਾਰਾ ਸਾਹਮਣੇ ਆਈ ਜਾ ਉਹ ਲੱਗਣਾ ਸਭ ਸਮਸਕਾਰੀ ਨਹੀਂ ਇੱਕ ਗੰਢੀ ਫੈਲਣੀ ਹੈਰਾਨਗੀ ਦੁਨੀਆਂ ਚ ਕੀ ਹੈ ਜੁਧਿਸ਼ਟਰ ਕੀ ਪੁੱਛਿਆ ਇੱਕ ਵਾਰੀ ਉਹਦੇ ਬੰਦਾ ਨੇ ਉਹਨੇ ਆਖਿਆ ਜੁਧਿਸ਼ਟਰ ਦੁਨੀਆਂ ਚ ਹੈਰਾਨਗੀ ਕੀ ਹੈ ਆਖਣਗੇ ਮਾੜੇ ਹੈਰਾਨਗੀਆਂ ਤੇ ਬੜੀਆਂ ਨਾ ਉਹਨਾਂ ਮੇਰੀ ਦੋ ਤਰੇ ਵਜਾਉਂਦੀ ਆਖਣ ਲੱਗੇ ਜਾਨਨੇ ਧਰਮਮ ਨਚਮੇ ਪ੍ਰਵਿਤੀ ਜਾਨਨੇ ਧਰਮਮ ਨਚਮੇ ਨਿਵ੍ਰਿਤੀ ਆਖਣ ਲੱਗਾ ਬਾਪੂ ਜਾਨਣਾ ਕਿ ਪੁੰਨ ਕੀ ਹੈ ਤੁਹਾਨੂੰ ਪੁੰਨ ਵਾਲੇ ਪਾਸੇ ਮੇਰੇ ਕੋਲ ਚੱਲਣ ਹੁੰਦਾ ਮੈਂ ਜਾਨਣਾ ਕਿ ਪਾਪ ਕੀ ਹੈ ਤੇ ਪਾਪ ਵਾਲੇ ਪਾਸੇ ਮੇਰੇ ਪੈਰ ਪਿਛੜੇ ਨੇ ਮੈਂ ਕਿਹਾ ਹੋਰ ਤੁਸੀਂ ਸੁਣਾਉਣ ਲੱਗੇ ਕਿ ਮਾੜਾ ਆਖ ਲਗੇ ਰੋਜ ਵਿਰੋਧੀ ਲੋਕ ਮਰਿਆ ਕਰਦੇ ਹਰ ਰੋਜ ਲੋਕ ਮਰਦੇ ਨਾ ਤੇ ਅਸ ਆਪਣੇ ਮੁੰਡਾ ਕੀਤੀ ਹੈ ਤੇ ਲਾਗੂ ਲਾਈਏ ਘਰ ਆਪਣੇ ਕਹਿੰਦੇ ਫੁੱਲ ਫਲ ਵੀ ਕਿਉਂ ਲੱਗ ਤੁਸੀਂ ਅਸ ਲੈ ਜਾ ਰਹੇ ਹਾਂ ਉਹ ਆਦਮੀ ਆਖਿਆ ਵਾਸਤੇ ਬੜੇ ਚੰਗੇ ਨੇ
ਉਹਨੇ ਕਿਹਾ ਨਾ ਨਹੀਂ ਕੱਚਾ ਖਰਾ ਤੇ ਮੈਂ ਨਹੀਂ ਦਿੰਦਾ ਬੜੇ ਅੰਦਰ ਸੁੱਤੇ ਰਹੇ ਖੇਤਰ ਚ ਤੇ ਮੈਂ ਬਰਾਂਡਾ ਉਹਦੇ ਕਨੇ ਗੱਲ ਕਰਿਆ ਦਾ ਮੈਂ ਆਖਿਆ ਅੱਜ ਜਿਹੜਾ ਹੈ ਨਾ ਝੂਰ ਡੈਰੀ ਦਾ ਇਹਦੇ ਵਿੱਚ ਜਿਹੜੀ ਫਲਾਣੀ ਫਲਾਣੀ ਬਾਈ ਹੈ ਨਾ ਪੱਟ ਜੀ ਲੈ ਮੈਂ ਮਰੂੰਗਾ ਤੇ ਮੇਰੇ ਕਿਹੜੇ ਗੀਤ ਹੋਏ ਲਾ ਇਸੀ ਦਲਾਨ ਵਿੱਚ ਚਰਾਣਾ ਤੇ ਇਹਦੀਆਂ ਦੋ ਫਲਾਣੀਆਂ ਤਾਂ ਮੇਰਾ ਨਿਕਲਾ ਦਾ ਅਰਥ ਹੋਇਆ ਉਜੜੀਆਂ ਕੀ ਲਾਣੀ ਭੋਲ ਗਿਆ ਗੱਲ ਵਿਚਾਰ ਕਰਨ ਵਾਲੀ ਹੈ ਉਸਨੇ ਆਖਿਆ ਵੀ ਟਿਕੜੀਆਂ ਕੀ ਲਾਣੀ ਇਹਦਾ ਸ਼ਤੀਰ ਬਣਨਾ ਚਾਹੋ ਗੱਲ ਉਹ ਪਿਤਾ ਜੀ ਚਾਹੋ ਸਾਲਾਂ ਕੋਲ ਪਹਿਲਾਂ ਮਾਰਿਆ ਕਰਦਾ ਤੇ ਪਿਤਾ ਜੀ ਉਹਦੇ ਲਈ ਕੀ ਸੋਚਿਆ ਕਰਦੇ ਹੋ ਕਿ ਨਹੀਂ ਪਿਤਾ ਜੀ ਅੰਦਰ ਸੁਣਿਆ ਕਰਦੇ ਜਿਹੜਾ ਮੈਂ ਪਰਤੀ ਆਖਿਆ ਮੈਂ ਆਖਿਆ ਬੇਕੂਫਾ ਅਗਰ ਪਿਤਾ ਇਹਨੇ ਆਖਿਆ ਕਿ ਤੂੰ ਕਿ ਤੰਗੀ ਹੈ ਆਪਣਾ ਪਿਤਾ ਤਾਂ ਦਿਮਾਗ ਖਰਾਬ ਹੋਇਆ ਕਰਦਾ ਹੀ ਹੱਥ ਲਾਈਏ ਸੁਣਿਆ ਤੇ ਕਰਦੇ ਹੁਣ ਜਿਹਨੇ ਪੱਟੀ ਲੈਣੀ ਸੀ ਉਹਦੇ ਘਰ ਰੁਈਏ ਤਾਂ ਪਿਤਾ ਜੀ ਚੇਚੇ ਹੁੰਦੇ ਘਰ ਗਏ ਆਖਣ ਲੱਗੇ ਭਾਈ ਯਾਰ ਤੂੰ ਪੱਟੀ ਵੱਡੀ ਲਈ ਜਾ ਮਿਗੀ ਹੈ ਨੀ ਧੋਣੀ ਮਗਰ ਜਿੰਦਗੀ ਮਤਲਬ ਲੇਕਿਨ ਫਿਰ ਵੀ ਅਸ ਛੋੜ ਹੀ ਨਹੀਂ ਸਕਦੇ ਸਾਡੇ ਚ ਇੱਕ ਬੜੀ ਵੱਡੀ ਗੱਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਬਾਲ ਕ੍ਰਿਸ਼ਨ ਨਹੀਂ ਸ਼ਰਨ ਚੇਤਰ ਚ ਮਤੇ ਸਾਰੇ ਰਿਸ਼ੀ ਮੁਨੀ ਬੈਠੇ ਰਿਸ਼ੀ ਮੁਨੀ ਸੂਤ ਜੀ ਕੋਲ ਅੱਛੀਆਂ ਅੱਛੀਆਂ ਗਿਆਨ ਦੀਆਂ ਗੱਲਾਂ ਸੁਣਿਆ ਕਰਦੇ ਉਹਨੇ ਪੁੱਛਿਆ ਜਿਹੜੀ ਤੁਸੀਂ ਰਾਜਾ ਪਰੀਕਸ਼ਿਤ ਤੇ ਮੁਨੀ ਸ਼ੁਕਦੇਵ ਦੀ ਗੱਲ ਸੁਣਾਈ ਮੁਨੀ ਸ਼ੁਕਦੇਵ ਜੀ ਇੰਨੇ ਬ੍ਰਹਮ ਗਿਆਨੀ ਹੈ ਜਿਹਨੇ ਕਿ ਸਾਰੀ ਦੁਨੀਆਂ ਦਾ ਪੂਰਾ ਪੂਰਾ ਗਿਆਨ ਮੇਰੀ ਇਹ ਸਲਾਹ ਤੋਂ ਮੰਮੀ ਸ਼ੁਕਰੀਆ ਜੀ ਕੋਲ ਪੂਰਾ ਜਨਮ ਸੁਣਿਆ ਰਾਮ ਜੈ ਰਾਮ ਜੈ ਜੈ ਰਾਮ
ਸੁਣਾਕਰ ਦੇ ਰਿਸ਼ੀਓ ਪਰੰਦੇ ਜੀ ਤੇ ਗੱਲ ਗਏ ਕੋਈ ਨੀ ਖੜਾ ਥੋੜਾ ਜਿਹਾ ਪੱਥਰ ਦਾ ਮਜ਼ਾ ਕਿਰਕਿਰਾ ਲੈ ਲੈਣਾ। ਨਾਰੀ ਕੀ ਜਾਈ ਪਰ ਅੰਧਾ ਹੋ ਕੇ ਗੁਜ਼ਰ, ਜੇ ਕਦੇ ਜਨਾਨੀ ਦਾ ਛੋੜਾ ਪੈ ਜਾ ਤੇ ਸਾਨੂੰ ਪਤਾ ਹੋਵੇ। ਸੁਣੋ ਰਿਸ਼ੀ ਮਾਰਨ ਕਰਦੇ ਰਿਸ਼ੀਓ, एक समय की बात है, वेद व्यास ऋषि अपने आश्रम में अपनी पत्नी के साथ बैठे थे। अपनी कैबिनेट में बैठे थे, उठी बैठी बैठी हो गया। ਦੇਵੀ ਸਾਰਾ ਜੀਵਨ ਬੀਤੀ ਆ ਪਰ ਸਾਰਾ ਪੁੱਤਰ ਨੂੰ ਹੋਇਆ, ਬਾਲ ਸੁਰਤੀ ਕਦੇ ਕੋਈ ਪੁੱਤਰ ਦਰਸ਼ਨ ਹੋਏ ਜਾਂਦੇ ਤੇ ਜੀਵਨ ਸਫਲ ਹੋ ਜਾਂਦਾ। ਘਰਾਂ ਲਈ ਆਖਣ ਲੱਗੀ, ਮਹਾਰਾਜ ਪੁੱਤਰ ਦੀ ਕਾਮਨਾ ਨਹੀਂ ਕਰਿਓ, ਜੇਕਰ ਤੇ ਪੁੱਤਰ ਚੰਗਾ ਨਿਕਲਿਆ ਤੇ ਉਹਦੇ ਦਰਸ਼ਨ ਨਹੀਂ ਹੁੰਦੇ, ਅੱਖੀ ਨਹੀਂ ਲੱਭਦਾ, ਦੂਰ ਦੂਰ ਰਹਿੰਦਾ। ਤੁਹਾਡਾ ਵੀ ਕੋਈ ਜਾਗਰ ਚੰਗਾ ਹੋਵੇ, ਜੇਕਰ ਪੜ੍ਹਨੇ ਲਿਖਣ ਵਾਲਾ ਜੇ ਲੈ ਨੌਕਰੀ ਲੱਭਦੀ ਤੇ ਦੂਰ ਨੌਕਰੀ ਲੱਭਦੀ, ਅੱਖੀ ਨਹੀਂ ਲੱਭਦਾ। ਤੇ ਜੇਕਰ ਕੱਚਾ ਲੋਕਰ ਅੱਖੀ ਦੇ ਸਾਹਮਣੇ ਫਿਰਨੇ ਵਾਲਾ ਤੇ ਮਨ ਕਰਦਾ ਇਹ ਮਰੀ ਜਾਂਦਾ ਨਹੀਂ ਜਾਂਦਾ, ਤੇ ਖਰੀ ਗੱਲ ਆਖਣ ਲੱਗੀ, ਪੁੱਤਰੀ ਗੁਲਾਬ ਸੁੱਖ ਤੇ ਮਿਲਦਾ ਨਹੀਂ, ਇਸ ਦੇ ਕੁਛ ਪੁੱਤਰ ਦੀ ਕਲਪਨਾ ਨਹੀਂ ਕਰੋ। ਆਖਣ ਲੱਗੇ ਦੇਵੀ ਪੁੱਤਰ ਮਿਲਣਾ ਹੁੰਦਾ, ਕਦੇ ਕੋਈ ਆਪਣੇ ਹੱਥੀ ਕੱਖ ਨਹੀਂ ਕਰੇ ਤੇ ਕੁਛ ਕਾਲੀ ਦਾ ਪੁੱਤਰ ਹੋਇਆ ਉਹ ਮੋਏਗੀ ਵੀ ਪਿੰਦਰੇਗੀ ਵੀ ਸੁਰਬਰਾਜ ਹੋਗਾ। ਦੇਵੀ ਨੇ ਕਹਾ, ਮਹਾਰਾਜ ਉਹਨੀ ਪੁੱਤਰ ਹਮਾਰੇ ਹੋ, ਐਸਾ ਹੋ ਜੋ ਭਗਵਾਨ ਦਾ ਭਕਤ ਹੋਵੇ ਔਰ ਕਦੀ ਨਾ ਮਰਨੇ ਵਾਲਾ, ਜਿਹੜਾ ਕਦੇ ਮਰਿਆ ਨਹੀਂ, ਅਜਰ ਤੇ ਅਮਰ ਹੋਵੇ। ਅਜੇ ਤੇ ਗੱਲਾਂ ਇਹ ਕਰੇ ਵੀ ਕਿਹੜਾ ਪੁੱਤਰ ਬਣਾ, ਕੁਦਰ ਭਗਵਾਨ ਸ਼ਿਵ ਜੀ ਕੈਲਾਸ਼ ਪਰਬਤ ਪਰ ਬੈਠੇ ਹੋਏ ਤੇ ਮਾਤਾ ਪਾਰਵਤੀ ਕੋਲ ਬੈਠੀ ਨੇ। ਮਾਤਾ ਪਾਰਵਤੀ ਉਹਨੇ ਕੀ ਪੁੱਛਣ ਲੱਗੀ,
ਭਗਵਾਨ ਦੇਖਿਆ ਸ਼ਿਵਜੀ ਦੇ ਗਲੇ ਦੇ ਵਿੱਚ ਇੱਕ ਮੁੰਡੀ ਦੀ ਮਾਲਾ ਦੇ। ਪਾਰਵਤੀ ਆਖਣ ਲੱਗੀ ਮਹਾਰਾਜ ਜੀ ਇਹ ਮਾਲਾ ਕਿ ਨਹੀਂ ਹੈ। ਸ਼ਿਵਜੀ ਮਹਾਰਾਜ ਆਖਣ ਲੱਗੇ ਦੇਵੀ ਮੇਰੀ ਤੇਰੇ ਕੰਨੇ ਬੜਾ ਇਰਖ ਹੈ, ਤੇਰੇ ਇਰਖਿਆ ਚ ਵੱਜੇ ਰੇ, ਮੈਂ ਤੇਰੀਆਂ ਮੁੰਡੀਆਂ ਦੀ ਮਾਲਾ ਪਾਈ। ਸਮੇਂ ਸਮੇਂ ਪਰ ਤੂੰ ਮਰੀ ਜਾਨੀ ਹੈ, ਮੈਂ ਤੇਰੀ ਮੁੰਡੀ ਰੱਖੀ ਲੈ। ਪਾਰਵਤੀ ਕੀ ਖਿਆਲ ਆਇਆ ਵੀ ਜੇ ਮੈਂ ਮਰੀ ਜਾਨੀ ਹਾਂ, ਭਗਵਾਨ ਸ਼ਿਵਜੀ ਕੀ ਪੁੱਛਣ ਲੱਗੀ ਮਹਾਰਾਜ ਮੈਂ ਮਰੀ ਜਾਨੀ ਹਾਂ ਤੁਸੀਂ ਕਿਵੇਂ ਜਿੰਦੇ ਰਹੋਗੇ? ਜਨਾਨੀ ਤੇ ਮਰਦ, ਜਨਾਨੀ ਦੀ ਉਮਰ ਘੱਟ ਹੁੰਦੀ ਤੇ ਬੰਦੇ ਦੀ ਉਮਰ ਜ਼ਿਆਦਾ। ਜਿਹੜੀ ਚੀਜ਼ ਤੌਲੇ ਵਧੇ ਉਹ ਤੌਲੇ ਘਰੋਈ ਜਾਂਦੀ। ਬੰਦਾ ਚਿਰੇ ਜਵਾਨ ਹੁੰਦਾ ਔਰ ਚਿਰੇ ਬੁੱਢਾ ਹੁੰਦਾ। ਜਨਾਨੀ ਤੌਲੇ ਜਵਾਨ ਹੁੰਦੀ ਔਰ ਤੌਲੇ ਬੁੱਢੀ ਹੁੰਦੀ। ਬੰਦੇ ਦੇ ਜਨਾਨੀ ਦਾ 9 ਸਾਲ ਦਾ ਫਰਕ। ਬੰਦਾ ਜਵਾਨ ਹੁੰਦਾ 25 ਸਾਲ ਦਾ ਔਰ ਕੁੜੀ ਜਵਾਨ ਹੁੰਦੀ 16 ਸਾਲ। ਸ਼ਾਸਤਰੀ ਚ ਉਹਦੇ ਵਿਆਹ ਦਾ 9 ਸਾਲ ਦਾ ਫਰਕ ਰੱਖੇ। ਇਹਾਂ ਪਾਰਵਤੀ ਪੁੱਛਿਆ ਕਰਦੀ ਵੀ ਮੰਨਿਆ 10-20 ਸਾਲ ਦਾ ਫਰਕ ਹੋਈ ਜਾ, ਮੈਂ ਕਈ ਵਾਰੀ ਮਰੀ ਕਈ ਵਾਰੀ ਜੰਮੀ ਤੁਹਾਡੇ ਕੰਨੇ ਬੋਈ, ਤੁਸੀਂ ਕੀ ਨਹੀਂ ਮਰਦੇ? ਆਖਣ ਲੱਗੇ ਮੈਂ ਰਾਮ ਰਾਮ ਆਖਣਾ ਤਾਂ ਨਹੀਂ ਮਰਦਾ। ਉਸੀ ਯਾਦ ਆਈ ਆ ਕਿ ਪਿਛਲੇ ਵਾਰੀ ਰਾਮ ਦੀ ਕਥਾ ਸੁਣਦੇ ਸੁਣਦੇ ਗਿਆ ਮਿਗੀ ਮੋਹ ਹੋਈ ਆ ਤੇ ਮੈਂ ਰਾਮ ਦੀ ਪਰਖ ਕਰਨ ਲਈ ਜੰਗਲ ਚ ਚਲੀ ਗਈ। ਉਸੇ ਭਰਾ ਮੇਰਾ ਤੇ ਸ਼ਿਵਜੀ ਦਾ ਆਪੂ ਚ ਕਿਛ ਵਿਰੋਧ ਹੋਈ, ਇਸੇ ਕੜੀ ਗੱਲਾਂ ਮੈਂ ਮਰੀ। ਹੁਣ ਪਾਰਵਤੀ ਆਖਾਂਗੀ ਭਗਵਾਨ ਮਿਗੀ ਅਮਰ ਕਥਾ ਸੁਣਾਓ। ਉਹ ਖੇੜਾ ਪਈਏ ਮਿਗੀ ਅਮਰ ਕਥਾ ਸੁਣਾਓ। ਭਗਵਾਨ ਸ਼ਿਵ ਆਖਣ ਲੱਗੇ ਪਾਰਵਤੀ ਅਜੇ ਤੂੰ ਰਾਮ ਦਾ ਨਾਂ ਸੁਣਨ ਦਾ ਅਧਿਕਾਰ ਨਹੀਂ ਰੱਖਦੀ। ਜੇਕਰ ਪਾਰਵਤੀ ਕੀ ਹੱਕ ਨਹੀਂ ਤੇ ਹੈ ਅਸੀਂ ਵੀ ਹੱਕ। ਉਹ ਜਿਹੜੇ ਦੇਵੀ ਗੁਣ ਰੱਖਣ ਵਾਲੇ ਲੋਕ ਨੂੰ ਜੇਕਰ ਉਹ ਇਕੜਾ ਅਧਿਕਾਰ ਨਹੀਂ ਰੱਖਦੇ ਤੇ ਫਿਰ ਅਸੀਂ ਹੀ ਜਿਹੜੇ ਵਿਸ਼ੇ ਵਿਕਾਰੀ ਲੋਕ ਆ, ਅਸੀਂ ਹੀ ਅਧਿਕਾਰ ਕਿੱਥੋਂ ਹੋਏਗਾ? ਪਾਰਵਤੀ ਨੂੰ ਕਹਾ ਚਾਹੇ ਕੁਛ ਵੀ ਹੋ, ਆਪ ਮੁਝੇ ਭਗਵਾਨ ਦੀ ਕਥਾ ਸੁਣਾਓ। ਪਾਰਵਤੀ ਦੀ ਜਿੱਦ ਦਿਖੀ ਹੈ ਭਗਵਾਨ ਸ਼ਿਵ ਉਸੇ ਆਖਣ ਲਗੇ ਦੇਵੀ ਐਸੀ ਜਗ੍ਹਾ ਚੱਲ ਜਿੱਥੇ ਕੋਈ ਤ੍ਰਿਆ ਸਾੜੀ ਗੱਲੇ ਕੀ ਸੁਣੇ ਨਹੀਂ। ਪਾਰਵਤੀ ਤੇ ਸ਼ਿਵ ਅਮਰਨਾਥੀ ਦੀ ਗੁਫਾ ਚ
ਉੱਥੇ ਜੀ ਆ ਉਹਨੇ ਭਾਗਵਤ ਆਪਣੀ ਜਿਹੜੀ ਅਮਰ ਕਥਾ ਸੀ ਇਹ ਸੁਣਾਉਣਾ ਸ਼ੁਰੂ ਕੀਤੀ। ਉਹ ਅਮਰ ਕਥਾ ਕਿਹੜੀ ਹੈ ਜਿਹੜੀ ਤੁਸੀਂ ਕਿੱਥੇ ਸੁਣੀ? ਜਿਸੀ ਭਾਗਵਤ ਦੀ ਕਥਾ ਤੁਸੀਂ ਸੁਣੇਗਾ ਉਹਨਾਂ ਕਸ਼ਮੀਰਪੁਰਾ ਉੱਪਰੇ ਦੀ ਬਰਫਾ ਦੇ ਕਾਰਨ ਉਹਨਾਂ ਵਿੱਚ ਅਮਰਨਾਥ ਜੀ ਦੀ ਇੱਕ ਗੁਫਾ ਹੈ। ਉਸ ਗੁਫਾ ਦੇ ਵਿੱਚ ਚਲੀ ਉਹਨੇ ਆਖਿਆ ਰੋਹੀ ਜਾ ਪਾ ਦੇਖੀਆ ਕੋਈ ਹੋਰ ਸੁਣਿਆ ਤੇ ਨਹੀਂ ਕਰਦਾ ਕਥਾ ਨੂੰ। ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਰਾਮ ਬਾਲ ਕ੍ਰਿਸ਼ਨ ਰਾਮ ਭਗਵਾਨ ਸ਼ਿਵ ਜੀ ਆਖ ਲਵੇ ਦੇਵੀ ਬਾਹਰ ਜਾਈਏ ਦੇਖੀਆ ਕੋਈ ਹੋਰ ਤੇ ਨਹੀਂ ਸੁਣਿਆ ਕਰਦਾ। ਪਾਰਵਤੀ ਬਾਹਰ ਗਈ ਉਸਨੇ ਲਿਖਿਆ ਇੱਕ ਤ੍ਰਿਪਤੇ ਜਿਹੜਾ ਅੰਡਾ ਭਜਿਆ ਆਖਣ ਲਗੀ ਮਹਾਰਾਜ ਬਾਹਰ ਕੋਈ ਨਹੀਂ ਹੈ ਕਾਲੀ ਹੀ ਨਾ ਜਲਦੀ ਜਲਦੀ ਜਿਸਨੇ ਆਖਿਆ ਬਾਹਰ ਕੋਈ ਨਹੀਂ ਸੁਣਿਆ ਕਰਦਾ। ਉਸ ਵੇਲੇ ਕੀ ਹੋਇਆ ਭਗਵਾਨ ਸ਼ਿਵ ਜੀ ਨੇ ਕਥਾ ਸੁਣਾਉਣਾ ਸ਼ੁਰੂ ਕੀਤੀ। ਅਜੇ ਥੋੜੀ ਜਿਹੀ ਕਥਾ ਸੁਣੀ ਵੀ ਸੀ ਤੇ ਪਾਰਵਤੀ ਬੁਲਾ ਸੁਣਵਾਈ ਹੈ। ਹੁਣ ਪਾਰਵਤੀ ਦੀ ਜਗ੍ਹਾ ਕੋਈ ਦੂਆ ਨੂਰਾ ਭਰ ਜਾ ਰਿਹਾ ਜਿਸ ਵੇਲੇ ਕੋਈ ਦੂਆ ਨੂਰਾ ਭਰਿਆ ਕਰਦਾ ਹੈ ਪਾਰਵਤੀ ਕੀ ਥੋੜੇ ਚਿਰੇ ਯਾਦ ਆਈ ਆਖਣ ਲਈ ਮਹਾਰਾਜ ਜਿਹੜੀ ਵਿੱਚ ਦੀ ਕਥਾ ਹੀ ਮੇਰੀ ਸਰੋਚੀ ਨੇ ਕਿਉਂਕਿ ਮੈਂ ਸੁਣਾਈ। ਭਗਵਾਨ ਸ਼ਿਵ ਕਹਿਤੇ ਦੇਵੀ ਯਦਿ ਕਥਾ ਮੈਂ ਤੁਮ ਸੁਣ ਚੁੱਕੀ ਥੀ ਤੋ ਕਥਾ ਸੁਣਨੇ ਵਾਲਾ ਕੌਣ ਥਾ? ਆਖਣ ਲਗੀ ਪਤਾ ਨਹੀਂ ਉਹਨੇ ਪੁੱਛਿਆ ਨੂੰ ਰਾਗਨ ਭਰਿਆ ਹਾਂ ਉਹਨੇ ਆਖਿਆ ਮੈਨੂੰ ਪਤਾ ਨਹੀਂ। ਉਸੀ ਸਮੇਂ ਭਗਵਾਨ ਸ਼ੰਕਰ ਕ੍ਰਿਸ਼ਨ ਨੇ ਕਰਦਾ ਹੋ ਜਾਤੇ ਦੇਖਾ ਇੱਕ ਤੁਰਤੇ ਦਾ ਬੱਚਾ ਬੜੇ ਪ੍ਰੇਮ ਸੇ ਕਥਾ ਸੁਣਦਾ ਹੈ। ਤੁਰਤੇ ਦਾ ਬੱਚਾ ਕਥਾ ਸੁਣਿਆ ਜਿਹੜਾ ਘੜੀ ਸਰੀ ਪਹਿਲਾਂ ਅੰਡਾ ਹੈ ਉਹਨੂੰ ਬੱਚਾ ਬਣੀ ਬੜੇ ਮਜ਼ੇ ਕਰਨਾ ਸੁਣਿਆ ਕਰਦਾ ਹੈ। ਭਗਵਾਨ
ਪਰ ਸ਼ਿਵ ਜੀ ਉਸ ਤਰਸੂਲਾ ਦੇ ਨਾਲ ਮਾਰਨ ਲੱਗੇ ਕਿ ਇਹ ਅਮਰ ਹੀ ਉਸ ਨੂੰ ਮਰ ਗਿਆ। ਪਰ ਆਪੂਗੇ ਕੋਈ ਕੋਠੀ ਬਣਾ ਲੈਂਟਰ ਸੈਂਟਰ ਪਾਈ ਉਹਦਾ ਤਰਕਾਲੀ ਅਸੀਂ ਰੋਹ ਚੜਿਆ ਤੇ ਥੋੜਾ ਨਹੀਂ ਹੈ ਤਰੋੜਾ ਕਰ ਟੁੱਟੀ ਥੋੜੇ ਹੁੰਦਾ ਸੌਖਾ ਵਾਲੇ ਕੋਲ ਉਸੀ ਪੜ੍ਹਨ ਲਈ ਵੀ ਕੋਈ ਟਾਈਮ ਲੱਗਦਾ। ਭਗਵਾਨ ਸ਼ੰਕਰ ਭਲੇ ਹੀ ਏਕਾਂਤ ਕੀ ਪਰਖ ਮੇਂ ਸਾਰੇ ਸੰਸਾਰ ਕੋ ਭਸਮ ਕਰ ਸਕਤੇ ਹੈ ਲੇਕਿਨ ਅਮਰ ਕੀ ਹੁਏ ਤੋਤੇ ਕੋ ਮਾਰ ਨਹੀਂ ਸਕਤੇ। ਅੱਗੇ ਅੱਗੇ ਪੋਤਾ ਦੇ ਪਿੱਛੇ ਪਿੱਛੇ ਸ਼ਿਵ ਜੀ ਦੌੜਦੇ ਦੌੜਦੇ ਗੁਰੂ ਚੜੀ ਵੇਦ ਵਿਆਸ ਰਿਸ਼ੀ ਦੇ ਆਸਨ ਜੀ ਵੇਦ ਵਿਆਸ ਰਿਸ਼ੀ ਕੀ ਪਤਨੀ ਆਪਣੇ ਰਜੋਧਰਮ ਸੇ ਨਿਵਿਰਤ ਹੋ ਕਰ ਠੀਕ ਪੰਜਵੇਂ ਦਿਨ ਸਨਾਨ ਕਰ ਰਹੀ ਸੀ। ਉਸੀ ਸਮੇਂ ਤੋਤੇ ਦਾ ਬੱਚਾ ਮਾਤਾ ਕੇ ਮੁਖ ਮੇਂ ਪ੍ਰਵੇਸ਼ ਕਰ ਜਾਂਦਾ ਵੀ ਉਸ ਮਾਂ ਦੇ ਮੂੰਹ ਚ ਪ੍ਰਵੇਸ਼ ਕਰੀ ਗਿਆ ਮਾਂ ਦੇ ਕਿਸੀ ਹੋਏ ਮਾਂ ਉਸੀ ਠਾਕੀ ਨਹੀਂ ਸਕਦੀ। ਭਗਵਾਨ ਸ਼ਿਵ ਜੀ ਨੂੰ ਕੀ ਕਰਨ ਛੋੜਾ ਚਿਰ ਬਾਹਰ ਖਲੋਤੇ ਪਰਤੀਏ ਸਰੀ ਸ਼ਿਵ ਸ਼ਿਵ ਸੂਤ ਰਿਸ਼ੀ ਨਾਲ ਕਰ ਰਹੇ ਸ਼ਿਵ ਸ਼ਰਵਣ ਕਾਰ ਰਿਸ਼ੀ ਜਿਸ ਸਮੇਂ ਭਗਵਾਨ ਕੀ ਐਸੀ ਲੀਲਾ ਹੋਈ ਮਾਤਾ ਗਰਭਵਤੀ ਹੋ ਗਈ ਲੇਕਿਨ ਗਰਭ ਧਾਰਨ ਕੀਏ ਹੋਏ 12 ਸਾਲ ਬੀਤ ਗਏ। 12 ਸਾਲ ਬੀਤੀ ਉਹਨੇ 12 ਸਾਲ ਦਿਖੀ ਦਿਖੀ ਅੱਖਾਂ ਪੱਕੀਆਂ ਕਦੋਂ ਪੁੱਤਰ ਹੋ ਗਿਆ ਕਦੋਂ ਪੁੱਤਰ ਦੇ ਦਰਸ਼ਨ ਕਰ ਗਏ। 12 ਸਾਲੇ ਬਾਅਦ ਪਿਤਾ ਜੀ ਵਿਆਸ ਜਿਹੜੇ ਆਪਣੀ ਘਰਵਾਲੀ ਨੇ ਗਰਭ ਵੀ ਪੁੱਛਿਆ ਜਿਹੜਾ ਪੇਟ ਚ ਬੱਚਾ ਬੇਟਾ ਤੁਸੀਂ ਜਾਣਦੇ ਹੋ ਤੁਹਾਡੀ ਮਾਂ ਕਿੰਨੀ ਮੁਖੀ ਹੈ ਪਤਾ ਜਿਸ ਮਾਂ ਦੇ ਗਰਭ ਵਿੱਚ ਤੁਹਾਨੂੰ ਮਰਿਆਦਾ ਹੈ ਕਿ ਬੱਚਾ 9 ਮਹੀਨੇ ਮਾਂ ਦੇ ਗਰਭ ਚ ਰਹਿੰਦਾ ਬੇਟਾ ਤੁਹਾਨੂੰ ਰਹਿਤੇ ਰਹਿਤੇ 12 ਸਾਲ ਬੀਤ ਗਏ ਤੂੰ ਬਾਹਰ ਕਿਉਂ ਨਹੀਂ ਆਏ। ਅੰਦਰ ਤੇ ਆਵਾਜ਼ ਆਈ ਜਿਹੜਾ ਤੋਤਾ ਨਾ ਬੱਚਾ ਬਣੀ ਬੈਠਾ ਆਵਾਜ਼ ਆਈ ਕਿ ਪਿਤਾ ਮੇਰੇ ਭਗਵਾਨ ਦੀ ਮਾਇਆ ਸੀ ਡਰ ਲੱਗਦਾ ਮੀਂਹ ਚ ਦਰਿਆ ਕੋਲਾ ਡਰਦਾ ਬਾਹਰ ਨਹੀਂ ਆਉਣਾ ਚਾਹੁੰਦਾ ਮੀਂਹ ਸਮਝਣਾ ਜੀ ਕਰ ਮੈਂ ਬਾਹਰ ਆਉਂ ਤੇ ਮੀਂਹ ਇਹ ਮਾਇਆ ਚਮਕੀ ਜਾ
ਇਸ ਲਈ ਮਾਂ ਨੇ ਪੇਟ ਚ ਗੁਰਬਾ ਸਮਝੀ ਸ਼ਕਤੀ ਹੈ ਰੱਖ ਕੇ। ਪਿਤਾ ਨੇ ਕਿਹਾ, ਬੇਟਾ ਤੁਹਾਡੀ ਮਾਂ ਤਾਂ ਬਹੁਤ ਦੁਖੀ ਹੈ, ਭਗਵਾਨ ਕ੍ਰਿਸ਼ਨ ਭਗਵਾਨ ਕ੍ਰਿਸ਼ਨ ਕਰੇ ਆਪੇ ਆਉਣ, ਆਪਿਆਂ ਨੀ ਮੇਰੀ ਆਖਣ ਕਿ ਤੂੰ ਬਾਹਰ ਆਏਗਾ ਦੁਸ਼ਮਣ। ਜਿਸਨੇ ਇਹ ਗੱਲ ਆਖੀ ਉਸ ਵੇਲੇ ਵੇਦ ਵਿਆਸ ਮੁਨੀ ਨੇ ਭਗਵਾਨ ਕ੍ਰਿਸ਼ਨ ਦੀ ਯਾਦ ਕੀਤਾ ਤੇ ਭਗਵਾਨ ਕ੍ਰਿਸ਼ਨ ਸਾਹਮਣੇ ਆਈ, ਦੇਖੋ ਪਿਤਾ ਭਗਵਾਨ ਦੀ ਬੁਲਾਈ ਸਕਦਾ ਪਰ ਪੁੱਤਰ ਦੀ ਗਰਭ ਚ ਬਾਹਰ ਨਹੀਂ ਬੁਲਾਈ ਸਕਦਾ। ਜਿਹੜੀ ਕਰਮੀ ਦੀ ਵੇਖ ਹੈ ਇਸਦੀ ਕੋਈ ਵੇਖੀ ਨਹੀਂ ਸਕਦਾ, ਜਿਹੜਾ ਪਰਮਾਤਮਾ ਵੀ ਬੁਲਾਈ ਸਕਦਾ ਉਹਦੇ ਉਂਗਲੀ ਦੇ ਇਸ਼ਾਰੇ ਦੇ ਉੱਪਰ ਇੱਕ ਪੁੱਤਰ ਨੇ ਲੱਖਾਂ ਇਸਤਰੀਆਂ ਦਾ ਛੋੜ ਦਿੱਤੀ। ਪਰ ਬੰਦਾ ਕੀ ਦੁਖੀ ਹੁੰਦਾ ਜੇ ਕੰਮ ਨਹੀਂ ਹੋਇਆ ਤੇ ਉਸਦੀ ਬਾਅਦ ਵਿੱਚ ਤਿਆਖਣਾ ਹੈ ਰੱਬ ਦਾ ਭਾਣਾ, ਪਹਿਲੇ ਗੱਲ ਮੰਨੀ ਲਿਆ ਹੈ ਰੱਬ ਦਾ ਭਾਣਾ, ਵਹੀ ਹੋਣਾ ਹੈ ਜੋ ਭਗਵਾਨ ਕੋਲ ਮੰਜ਼ੂਰ ਹੋਗਾ। ਇਨਸਾਨ ਦੀ ਆਪਣੀ ਸੋਚੇ ਰਾਣਾ ਕਾਰਨ ਨਹੀਂ ਕਰਦੀ। ਜਿਸ ਸਮੇਂ ਭਗਵਾਨ ਕ੍ਰਿਸ਼ਨ ਸਾਹਮਣੇ ਆਏ ਜਿਸ ਵੇਲੇ ਭਗਵਾਨ ਕ੍ਰਿਸ਼ਨ ਸਾਹਮਣੇ ਆਏ ਭਗਵਾਨ ਨੇ ਪੁੱਛਿਆ, ਭਾਈ ਤੂੰ ਬਾਹਰ ਕੀ ਨੀ ਆਉਣਾ ਜਾਣਦਾ ਸੁਖਦੇਵ? ਅੰਦਰ ਆਵਾਜ਼ ਆਈ, ਭਗਵਾਨ ਮੇਰੀ ਤੁੰਦੀ ਮਾਇਆ ਦਾ ਡਰ ਲੱਗਦਾ, ਜਿਸ ਵੇਲੇ ਮੈਂ ਬਾਹਰ ਆਈ ਜਾਣ ਤੇ ਤੁੰਦੀ ਮਾਇਆ ਨੇ ਮੇਰੇ ਸਿਰੇ ਪਰ ਸਵਾਰ ਜਾਣਾ। ਭਗਵਾਨ ਆਖਣ ਲੱਗੇ, ਇਸ ਕਰੀ ਗੱਲਾਂ ਕੋਲਾ ਡਰਦੇ ਤੂੰ ਬਾਹਰ ਨਹੀਂ ਆਵੇਂ ਤੇ ਗੱਲ ਨਹੀਂ ਬਣਦੀ, ਮੇਰੀ ਮਾਇਆ ਕੋਲ ਅੱਜ ਤੱਕ ਮੈਂ ਨਹੀਂ ਬਚਿਆ ਨਹੀਂ, ਮੇਰੀ ਮਾਇਆ ਇਸਦੇ ਕੋਲ ਅੱਜ ਤੱਕ ਕੋਈ ਬਚਿਆ ਨਹੀਂ, ਲੇਕਿਨ ਬੇਟਾ ਸੁਖਦੇਵ ਤੁਮ ਬਾਹਰ ਆਓ, ਮੇਰੀ ਮਾਇਆ ਦਾ ਅਸਰ ਤੁਮ ਪਰ ਬਹੁਤ ਕੰਮ ਹੋਗਾ, ਤੇਰੇ ਪਰ ਅਸਰ ਘੱਟ ਹੋਗਾ ਤੂੰ ਬਾਹਰ ਆਏਗਾ। ਸ਼ੁਭਦੇਵ ਜੀ ਸਵੇਲੇ ਜਨਮ ਹੋਇਆ, ਜਨਮ ਸਮੇਂ ਤੇ ਨਿੱਕੇ ਸਾਰੇ ਬੱਚੇ ਦੇ ਰੂਪ ਚ ਆਏ, ਆਪਣੇ ਮਾਂ ਪਿਓ ਦੀ ਮੱਥਾ ਟੇਕਿਆ, ਭਗਵਾਨ ਦੀ ਮੱਥਾ ਟੇਕਿਆ ਤੇ ਪੁੱਤਰ ਨਸਲੀ। ਮਾਂ ਆਖਿਆ ਕਰਦੀ ਸੀ ਨਾ ਕਿ ਪੁੱਤਰੇ ਸੁਖ ਨਹੀਂ ਦੇਣਾ, ਉਹਦਾ ਪੁੱਤਰ ਹੋਇਆ, ਮਾਂ ਪਿਓ ਵੀ ਨਮਸਕਾਰ ਕੀਤਾ ਤੇ ਪੁੱਤਰ ਕੇ ਘਰਾਂ ਨਸੀ ਹੈ, ਅੱਗੇ ਅੱਗੇ ਪੁੱਤਰ ਤੇ ਪਿੱਛੇ ਪਿੱਛੇ ਪਿਤਾ, ਪਿਤਾ ਇਹ ਪੁੱਛਦੇ ਜਾ ਲੋਕੀ ਵੀ
ਮੇਰਾ ਨੌਜਵਾਨ ਪੁੱਤਰ ਬਿਰੰਗ ਨਹੀਂ ਗਿਆ, ਮਮਤਾ ਦੇ ਕੰਨੇ ਕੰਨੇ ਪਿੱਛੇ ਦੌੜਿਆ। ਵਿਆਸਦੇਵ ਜੀ ਪੁੱਛਦੇ ਹੋਏ ਜਾ ਰਹੇ ਨੇ ਕਿ ਮੇਰਾ ਨੌਜਵਾਨ ਪੁੱਤਰ ਕਹੀਂ ਸ਼ਰਾਪ ਤੇ ਗਿਆ ਹੋ ਨਹੀਂ। ਜਿਵੇਂ ਉਹਨੇ ਸੁਖਦੇਵ ਜੀ ਜਾ ਰਹੇ ਨੇ ਇੱਕ ਸਰੋਵਰ ਦੇ ਕੰਢੇ ਚੜੀਏ, ਬੜਾ ਸੁੰਦਰ ਸਰੋਵਰ। ਉਹ ਸਰੋਵਰ ਦੇ ਕੰਢੇ ਜੀ ਹੈ, ਸਰੋਵਰ ਦੇ ਵਿੱਚ ਬੜੀਆਂ ਨੌਜਵਾਨ ਅਫਸਰਾਂ ਸੁੰਦਰੀਆਂ ਨਾਲ ਕਰਦੀਆਂ, ਸਾਰੀਆਂ ਦੀ ਨਜ਼ਰ ਦੂਰਾ ਦਾ ਮੁਨੀ ਸੁਖਦੇਵ ਉੱਪਰ ਪਈ। ਜੇ ਆਰ ਕਰਦਾ ਹੈ ਕੋਈ ਸੱਜਣ, ਸੁਖਦੇਵ ਮੁਨੀ ਨੰਗ ਮੰਗੇ, ਕੋਈ ਕੱਪੜਾ ਨਹੀਂ, ਕੋਈ ਲੰਗੋਟੀ ਨਹੀਂ, ਪਰ ਜਿਹੜੀਆਂ ਨਹਾਉਣੇ ਵਾਲੀਆਂ ਲੜਕੀਆਂ ਉਹਨੇ ਵੀ ਯਾਦ ਨਹੀਂ ਰਿਹਾ। ਜੇ ਆਸ ਨੰਗੇ ਆ, ਅਸੀਂ ਕੱਪੜੇ ਨਹੀਂ ਪਾਏ ਤੇ ਦਰਸ਼ਨ ਨਹੀਂ ਕਰਦੇ, ਪਾਣੀਏ ਵਿੱਚ ਬਾਹਰ ਆਣੀਏ, ਆਸ ਜੋੜੇ ਤੇ ਦਰਸ਼ਨ ਕਰੀ ਜਾ ਰਹੀ ਆ। ਸੁਖਦੇਵ ਜੀ ਨੂੰ ਵੀ ਕੋਲ ਰੱਸੀ, ਸੁਖਦੇਵ ਜੀ ਨੇ ਅੱਖ ਪੁੱਟੀ ਆਈ, ਉਹਦੇ ਵਾਲ ਆਸ ਰਹਿੰਦੀ। ਜਿਸ ਵੀ ਮੈਂ ਉਹ ਚਲੀਏ ਬੜੇ ਮਜ਼ੇ ਹਨ, ਪਿੱਛੋਂ ਰਾਮੀ ਵੇਦ ਵਿਆਸ ਆਏ। ਵੇਦ ਵਿਆਸ ਜੀ ਪੁੱਛਣ ਲੱਗੇ, ਜਿਵੇਂ ਉੱਥੇ ਲਾਗਿਆ ਪੁੱਜੇ, ਸਾਰੀ ਦੀਆਂ ਸਾਰੀਆਂ ਕੁੜੀਆਂ ਧਰਤੀ ਪਾਣੀਆਂ ਚ ਬੜੀਆਂ, ਜਿਹੜੀਆਂ ਬਾਹਰ ਰਹੀਆਂ ਉਹਨੇ ਕੱਪੜੇ ਦਾ ਪਰਦਾ ਕਰਿਆ। ਤੇ ਵੇਦ ਵਿਆਸ ਉੱਥੇ ਉੱਠ ਰਹੀ ਹੈ, ਪੁੱਛਣ ਲੱਗੇ ਮੇਰੀਓ, ਇਹ ਤੁਹਾਡਾ ਕੀ ਪਖੰਡ ਹੈ? ਜਿਸ ਵੇਲੇ ਮੇਰਾ ਨੌਜਵਾਨ ਪੁੱਤਰ ਜਾ ਕਰਦਾ ਹੈ, ਉਸ ਵੇਲੇ ਤੁਸੀਂ ਪਰਦਾ ਨਹੀਂ ਕੀਤਾ, ਤੇ ਜਿਸ ਵੇਲੇ ਮੈਂ ਹਜ਼ਾਰ ਸਾਲ ਦਾ ਬੁੱਢਾ ਤੁਹਾਡੇ ਸਾਹਮਣੇ ਆਇਆ ਤੇ ਤੁਸੀਂ ਪਰਦਾ ਕਰੋ, ਤੁਸੀਂ ਪਰਦਾ ਤੇ ਉਸ ਵੇਲੇ ਕਰਨਾ ਚਾਹੀਦਾ ਹਾਂ ਜਿਸ ਵੇਲੇ ਮੇਰਾ ਪੁੱਤਰ ਜਾ ਰਹਾ। ਉਹਨੇ ਚਾਹੇ ਅਫਸਰਾ ਬੋਲੀ, ਬਾਬਾ ਜੀ ਮੰਨਿਆ ਤੁਸੀਂ ਬੜੇ ਬਜ਼ੁਰਗ ਹੋ, ਬੁੱਢੇ ਮਹਾਰਾਜ, ਤੁਸੀਂ ਪਾਣੀ ਹਜ਼ਾਰ ਸਾਲ ਦੇ ਹੋ, ਮਾਤਰ ਦਾ ਅਜੇ ਵੀ ਕਾਲਾ। ਜਿਵੇਂ ਬਜ਼ੁਰਗੀ ਵੀ ਇਹ ਗੱਲ ਸਮੋਚੀ, ਮਨੇ ਚ ਯਕੀਨ ਹੋਈ ਆ ਜੇ ਮੇਰਾ ਪੁੱਤਰ ਬ੍ਰਹਮ ਗਿਆਨੀ ਹੈ, ਮੀ ਉਹਦੇ ਪਿੱਛੇ ਨਹੀਂ ਜਾਣਾ ਚਾਹੀਦਾ। ਗੁਰਸ਼ਤੀ ਰਾਮ ਜੈ ਰਾਮ ਜੈ
ਜਿਹੜੀ ਪਰਮੇਸ਼ਰ ਦੀ ਮਾਇਆ ਹੈ ਨਾ, ਇਹ ਬੜੀ ਡਰਾਉਣੀ ਹੈ। ਜਿਹੜੇ ਲੋਕ ਇਹਦੇ ਕੋਲ ਡਰਦੇ ਰਹਿਣ, ਉਹ ਥੋੜੇ ਬਚਦੇ, ਜਿਹੜੇ ਆਕੜੀ ਜਾਣ। ਜਿਵੇਂ ਜਿਵੇਂ ਦਰਿਆ ਦੇ ਵਿੱਚ ਜਿਹੜਾ ਵੀ ਇਹਦੇ ਕੰਨਾ ਆਕੜਾ, ਤੁਸੀਂ ਇਹ ਰੋੜੀ ਹੋਊਗਾ। ਜਿਹੜਾ ਲਿਖੀਗਾ ਤੁਸੀਂ ਉਹ ਨਹੀਂ ਸਕਦਾ, ਨਹੀਂ ਰੋੜ ਆਕੜਨਾ। ਮਤਲਬ ਕੋਈ ਆਕੜ ਨੇ ਸਿੱਧੇ ਪਾਰ ਜਾਣਾ ਤੇ ਦਰਿਆ ਆਪਣਾ ਤਰੋੜੀ ਹੋਊਗਾ। ਤੇ ਕੋਈ ਆਖਿਆ ਕਿ ਲਿਖੀਏ, ਮਤਲਬ ਸਾਹਮਣੇ ਜਾਣਾ, ਮੁੜੇ ਥੱਲੇ ਲੱਗਣਾ ਜੀ, ਤੁਸੀਂ ਹੋ ਨਹੀਂ ਸਕਦਾ ਬਚਾਈ। ਜਿਹੜਾ ਇਹ ਪਰਮੇਸ਼ਰ ਦੀ ਮਾਇਆ ਜਿਹੜੀ ਹੈ, ਇਹਦੇ ਕੰਨੇ ਵੀ ਜਿਹੜੇ ਜਿਹੜੇ ਅੱਜ ਤੱਕ ਆਕੜੇ, ਕੋਈ ਆਦਮੀ ਬਚਿਆ ਦਰਿਆ ਦੇ ਵਿੱਚ ਭੂਚੜ ਹੁੰਦੇ ਸਰੂਪਿਆਂ ਦੇ, ਕਾਈ ਦੇ। ਜੇ ਲੈ ਹਾੜ ਆਉਂਦਾ ਤੇ ਭੂਚੜ ਬਚੀ ਜਾਂਦੇ, ਤੇ ਜਿਹੜੇ ਬੜੇ ਬੜੇ ਕੰਢਾ ਰੁੱਖ ਹੁੰਦੇ ਨਾ, ਉਹ ਰੁੜੂ ਹੁੰਦੇ। ਪਾਣੀ ਆਉਂਦਾ ਤੇ ਭੂਚੜ ਲਿਖੀ ਜਾਂਦੇ, ਪਾਣੀ ਇੱਥੇ ਲੰਘੀ ਜਾਂਦਾ। ਤੇ ਰੁੱਖ ਆਕੜੇ ਦੇ ਰਹਿੰਦੇ, ਉਹ ਹੇਠਾਂ ਖਾਲ ਦਿੰਦਾ ਤੇ ਲਈ ਜਾਂਦਾ ਭਾਈ। ਇਹ ਪਰਮਾਤਮਾ ਦੀ ਮਾਇਆ ਕੋਲ ਜਿਹੜੇ ਲੋਕ ਨਿੰਦੇ ਜਾਂਦੇ, ਮਾਇਆ ਉਹਨਾਂ ਨੂੰ ਮਾਫ਼ ਕਰੂ। ਉਹਨੇ ਆਮ ਵੀ ਦੇ ਭੋਗਣੇ ਚ ਬੜੇ ਦੇ ਕਈ ਸਾਲ ਹੋਈ ਹੈ। ਉਹਨੇ ਵਹਿਮ ਹਾ ਕਿ ਮੈਂ ਭਗਵਾਨ ਸ਼ਿਵ ਜੀ ਕੋਲਾ ਕਥਾ ਸੁਣੀ ਦੀ ਹੈ, ਪਿਛਲੇ ਜਨਮਾਂ ਦਾ ਯੋਗ ਹੀ ਆ, ਮੇਰੀ ਮਾਇਆ ਨੀ ਆਖੀ ਜਾਊਗੀ ਸਭ। ਤਾਂ ਇੱਕ ਦਿਨ ਵੇਦ ਵਿਆਸ ਮੁਨੀ ਦੇ ਚੇਲੇ ਲੱਕੜੀਆਂ ਲੈਣ ਗਏ ਦੇ, ਉਹ ਲੱਕੜੀਆਂ ਕਿਵੇਂ ਕਰਦੇ ਹੈ? ਲੱਕੜੀਆਂ ਚੁਣਦੇ ਚੁਣਦੇ ਕੁਦਰਤੀ ਐਸਾ ਹੋਇਆ, ਉਹ ਗੀਤ ਗਾਉਣ ਲੱਗੇ। ਜਿਵੇਂ ਸਾਡੇ ਜਾਗਰ ਜਾਗ ਲੱਕੜੀਆਂ ਲੈਣ ਗਏ ਦੇ, ਉਹ ਗੀਤ ਗਾਉਂਦੇ। ਉਹ ਗੁਰੂ ਦੇ ਚੇਲੇ ਜਿਹੜੇ ਸੀ, ਉਹ ਗੀਤ ਗਾ ਰਹੇ। ਗੀਤ ਇਹ ਕਨਕ ਤਪਸੰ ਵੈ ਜਯੰਤੀ ਚ ਮਾਲਾ।
रंधान वेन रदर सुधिया पूरयन गोप बिन्दे वृंदारण्यं स्वपद रमणं प्राविशद्येतु कीर्ति गीत गा रहे थे जिन्हें गीत सुखदेव मुनि ने करने थे यार सुखदेव मुनि उठिया करोगे शास्त्र च दो गल्ला लिखी दी परमात्मा लोग दो चीजें को बचना चाहिए एक गीते को एक जनानी को महात्मा कदे वेद मंत्र भी सुने भगवान के गीत भी सुने ते तां भी महात्मा खज्जल हो जाता क्योंकि गीत जरा है इन्हें भी गल है फसाई उठता इं गीत महात्मा की माया के बिच फसाता ते जनानी सच्चे मुच्चे दी ते दूर रही कभी जनानी लकड़ी की बनी दी भी हो ते महात्मा उसी भी हाथ मिला और जदू लाज अदू इन्हें जिया बंज जड़े होंगे बंजे की अग लाते नहीं है जल बा चलती ना तो बंज होंगे सुके उन आपू गए रगड़ा करना अग निकलती दिहाड़ी थोड़ी इं अपनी अग्गी महात्मा आपू गई सुखदेव जी बाहर निकली आए उन्हें जागते ही पूछया बच्चू तुस को चेले उन्हें आख्या वेद व्यास मुनि ने चेले मतलब कृपा करी है एक एक गीत असि सिखाया है तो आखदा है कि मैंने जिन्हें 18,000 गीत लिखे दे 18,000 गीत ने जिन्हें लिखे दिन ते मैं अपने पुत्र मुनि सुखदेव जी सुना सुखदेव मुनि ने मन च बहम हुई है कि भी मेरा बब मेरे लिए इन्ने गीत रखी है बैठे का तो मिगी भी किसी ना किसी करना लौटता मैं अपने बबा को जाना माया च फसी है तू गीत सीखी है करने के आदमी कुछ ना कुछ चल माया च फसी रेडियो च गीत आते बड़े 7 बजे करने बड़े धार्मिक एक बारे ही पता लगा रेडियो से धर्म ही गीत आते आख्या माड़ा रेडियो वाले जिले उन्होंने असि रेडियो वाले दिता ना तो उन्हें कोई 7 बजे थोड़े सुनने थे फिर पंजाबी गीत सुनने का मता मजा आता फिर नहीं गीते और स्वाद आता उकड़े गीते सुनते सुनते आखना टैलीविजन वाली भी गीत आते टैलीविजन गीते ही सुनते सुनते चित्रहाल सरोचन लगा भी होर ना समझदा उसी किश इं बंदा जेड़ा है ना वो खलके पास करके तौले जीता उपरे जाने का जेड़ा कोई आदमी दरिया पवे वो बिना आखे दे खले पुले को टुरी जाता पर जे कोई आखे चार बार उपरेगा
ਬੋਲ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬਾਲ ਕ੍ਰਿਸ਼ਨ ਲਾਲ ਉਸ ਗੱਲ ਸੁਣਿਆ ਕਰਦੇ ਸੀ ਮਨੀ ਸੁਖਦੇਵ ਜੀ ਘਰ ਚਲੀ ਆਏ ਆਪਣੇ ਬਾਬਾ ਜੀ ਮੱਥਾ ਟੇਕਿਆ ਪ੍ਰਦਖਣਾ ਲਈ ਆਖਣ ਲੱਗੇ ਪਿਤਾ ਮੈਂ ਸੁਣਿਆ ਕਿ ਤੂੰ ਮੇਰੇ ਲਈ 18,000 ਗੀਤ ਲਿਖੇ ਦੇ ਮੈਨੂੰ ਉਕੜੇ ਗੀਤ ਸਿਖਾ ਬਾਬਾ ਆਖਣ ਲੱਗਾ ਬੱਚੂ ਉਕੜੇ ਗੀਤ ਮੈਂ ਸਿਖਾਨਾ ਲਿਖੇ ਦੇ ਤੇਰੇ ਲਈ ਨਾ ਹੁਣ ਮੈਂ ਜਿੰਨਾ ਚਿਰ ਕੋਈ ਗੁਰੂ ਨੇ ਨਾ ਬਣਾਏ ਇੰਨਾ ਚਿਰ ਗੀਤ ਨਹੀਂ ਸਿਖਾਏ ਆਖਣ ਲੱਗਾ ਤੁਹਾਡੇ ਕੋਲ ਵੱਡਾ ਗੁਰੂ ਹੋਰ ਕੌਣ ਉਹਨੇ ਆਖਿਆ ਮੈਂ ਗੁਰੂ ਜ਼ਰੂਰ ਹਾਂ ਪਰ ਤੇਰਾ ਗੁਰੂ ਬਣਨ ਦਾ ਕਾਬਲ ਨਹੀਂ ਹੈ ਕੀ ਤੇ ਜਿਹੜੀ ਤੇਰੀ ਮਾਂ ਹੈ ਉਹਦੇ ਕੰਨੇ ਮੇਰੇ ਦੁਨੀਆਦਾਰੀ ਦੇ ਸੰਬੰਧ ਹਨ ਤੇ ਗੁਰੂ ਤੇ ਚੇਲੇ ਦਾ ਰਿਸ਼ਤਾ ਇੱਕ ਪਵਿੱਤਰ ਰਿਸ਼ਤਾ ਹੈ ਇਸ ਲਈ ਮੈਂ ਤੇਰਾ ਗੁਰੂ ਨਹੀਂ ਬਣਨਾ ਆਪਣਾ ਗੁਰੂ ਤੂੰ ਕਿਸੇ ਹੋਰ ਹੀ ਬਣਾ ਆਖਣ ਲੱਗੇ ਠੀਕ ਹੈ ਦੱਸੋ ਤੁਸੀਂ ਬਣਾ ਉਹਨੇ ਆਖਿਆ ਰਾਜਾ ਜਨਕ ਵੀ ਆਪਣਾ ਗੁਰੂ ਬਣਾ ਆਖਣ ਲੱਗੇ ਮਾਰੇ ਜਨਕ ਵੀ ਕੇ ਗੁਰੂ ਬਣਾਉਣਾ ਜਿਹੜਾ ਰਾਜਾ ਜਨਕ ਹੈ ਉਹ ਤੇ ਕ੍ਰਿਸ਼ਤੀ ਹੈ ਉਹਦਾ ਟੱਬਰ ਟੋਰ ਹੈ ਤੁਸੀਂ ਗੁਰੂ ਬਣਾਉਂਦਾ ਮੈਂ ਸ਼ੈਲ ਨਹੀਂ ਲੱਗਦਾ ਉਹ ਸੀ ਗੁਰੂ ਬਣਾਉਣਾ ਨਹੀਂ ਚਾਹੁੰਦਾ ਬਾਬਾ ਆਖਿਆ ਦਾ ਗੁਰੂ ਬਣਾਈ ਆ ਤੇ ਭੀਤ ਵੀ ਨੇ ਗੀਤ ਸਿਖਾਉਣਾ ਗੀਤ ਕਿਹੜੇ ਨੇ ਇਹ ਜਿਹੜੀ ਸਤਵਾਹ ਦੀ ਕਥਾ ਨਾ ਇਹ 18,000 ਸ਼ਲੋਕ ਨੇ ਸਤਵਾਹ ਦੇ ਜਿਹੜੇ ਸ਼ਲੋਕ ਨਾ ਉਹ 18,000 ਨੇ ਉਹਦੀ ਮਰਜ਼ੀ ਹੀ ਸਿੱਖਣੇ ਦੀ ਪਰ ਜਿਹੜਾ ਗੁਰੂ ਬਣਾਉਣ ਤੁਰੀ ਹੈ ਮਨ ਹੈ ਬੱਬਾ ਦੇ ਆਖਣੇ ਪਰ ਗਿਆ ਜਿਹਾ ਜਾਗ ਤੇ ਨਾ ਮਨ ਨਹੀਂ ਹੁੰਦਾ ਮੰਦਰ ਜਾਣੇ ਉਹਨੂੰ ਕੋਈ ਬੁੱਢਾ ਆਖਦਾ ਘਰ ਵਾਲਾ ਕੋਈ ਬੁੱਢੀ ਆਖਦੀ ਜਾ ਬੱਚੂ ਪਾਣੀ ਢਾਲੀਏ ਫਿਰ ਤੇ ਜਾਗ ਪਾਣੀ ਢਾਲ ਅੰਦਰ ਹੀ ਹੁੰਦਾ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਬਾਲ ਕ੍ਰਿਸ਼ਨ ਲਾਲ ਜਿਸ ਵੇਲੇ ਰਾਜੇ ਜਨਕ ਕੋਲ ਚਲੀ ਜਨਕ ਦੀ ਪਤਾ ਲੱਗੀ ਆ ਕਿ ਮੇਰੇ ਕੋਲ ਕੋਈ ਚੇਲਾ ਬਣਨ ਲਈ ਆਇਆ ਤੇ ਜਨਕ ਨੇ ਪਹਿਲੇ ਗਿਆ ਪਹਿਰੇਦਾਰਾਂ ਹੀ ਆਖਿਆ ਜਿਹੜਾ ਆਇਆ ਨਾ ਨੰਗਾ ਗਿਆ ਤੁਸੀਂ ਅੰਦਰ ਨਹੀਂ ਬਣਦੇ ਹੋ ਪੈਰ
ਜੇ ਤੁਸੀਂ ਕੋਈ ਘੜਾ ਕੁੰਨਾ ਲੈਣਾ ਵਾ ਤੁਸੀਂ ਸ਼ਾਇਦ ਮਿਹਨਤ ਨੇ ਟਕੋਰੀ ਹੈ ਭਾਵੇਂ ਰੁਪਏ ਧੇਲੀ ਦੀ ਕੁੰਨੀ ਹੋਵੇ ਉਹ ਜਿੰਨਾ ਚਿਰ ਤੁਸੀਂ ਟਕੋਰੀ ਨੇ ਨਾ ਲਾਓ ਇੰਨਾ ਚਿਰ ਤੁਸੀਂ ਖਰੀਦਦੇ ਨਹੀਂ ਹੈ ਜੇ ਚੇਲੇ ਨੇ ਗੁਰੂ ਬਣਾਉਣਾ ਹੋਵੇ ਤੇ ਉਹਨੇ ਸ਼ਾਇਦ ਟਕੋਰੀਆ ਬਣਾਉਣਾ ਚਾਹੀਦਾ ਤੇ ਜੇ ਗੁਰੂ ਨੇ ਚੇਲਾ ਬਣਾਉਣਾ ਹੋਵੇ ਤੇ ਉਹਨੇ ਵੀ ਸ਼ਾਇਦ ਮੰਗਾਈ ਲੈਣਾ ਚਾਹੀਦਾ ਤੇ ਛੋਟਾ ਤੇ ਨਹੀਂ ਹੈ ਮੁਨੀ ਸੁਖਦੇਵ ਜੀ ਤ੍ਰੈ ਰੋਜ਼ ਡਿਉਂਡੀ ਦੇ ਬਾਹਰ ਖੜੋਤੇ ਰਹੇ ਜਿਲ੍ਹਾ ਤ੍ਰੈ ਰੋਜ਼ ਹੋਏ ਅੰਦਰ ਬੁਲਾਇਆ ਉਹਨੇ ਜੀ ਆਇਆ ਤੇ ਉਹਨੇ ਰਾਜੇ ਜਨਕ ਦੀ ਮੱਥਾ ਨਹੀਂ ਟੇਕਿਆ ਉਹ ਸੋਚਦਾ ਕਿ ਮੈਂ ਬੜਾ ਪਹੁੰਚੇਦਾ ਤੇ ਮੈਂ ਛੜਾ ਗੁਰਮੰਤਰ ਲੈਣਾ ਇਹਦੇ ਕੋਲ ਜਿਹੜੀ ਦਸਤਖਤ ਕਰਾਉਣੇ ਉਹਨੂੰ ਕਿਸੇ ਕੋਲ ਉਹਦਾ ਅੱਗੇ ਕਾਗਜ਼ ਰੱਖਿਆ ਵੀ ਲੈ ਕਰੀ ਉੜ ਦਸਤਖਤ ਉਹਨੂੰ ਸੋਚਿਆ ਕਿ ਮੈਂ ਤੇ ਇੰਨਾ ਕੇ ਗੁਰਮੰਤਰ ਲੈਣਾ ਉਹਨੇ ਰਾਜੇ ਜਨਕ ਦਾ ਕੋਲ ਖੜੋਈਆ ਪੁੱਛਿਆ ਰਾਜਾ ਜੇ ਕੋਈ ਬ੍ਰਹਮ ਗਿਆਨ ਚਾਹੁੰਦਾ ਹੋਇਆ ਮੋਕਸ਼ ਚਾਹੁੰਦਾ ਹੈ ਤਾਂ ਅਸੀਂ ਕੀ ਕਰਨਾ ਲੋੜਦਾ ਤਾਂ ਵੱਡੇ ਲੋਕ ਜਿਹੜੇ ਹੁੰਦੇ ਉਹ ਨਿੱਕੇ ਹੀ ਬੜੇ ਆਉਂਦੇ ਉਹਦੀ ਸਿਫਤ ਕਰਦੇ ਤੇ ਕਈ ਵਾਰੀ ਨਿੱਕੇ ਭੂਏ ਜਿਹੜੀ ਹੁੰਦੇ ਉਹ ਆਖਣ ਲੱਗਾ ਸੁਖਦੇਵ ਜੀ ਜੇ ਕੋਈ ਬ੍ਰਹਮ ਗਿਆਨੀ ਬਣਨਾ ਚਾਹੁੰਦਾ ਹੋਇਆ ਤੇ ਉਹ ਤੁਹਾਡੇ ਨਕਸ਼ੇ ਕਦਮ ਉੱਪਰ ਚੱਲੇ ਜਿਹੜਾ ਰਸਤਾ ਤੂੰ ਚਲਾ ਕਰਨਾ ਹੈ ਮੁਕਤੀ ਚਾਹਨੇ ਵਾਲੇ ਕੀ ਇਹ ਕਿਹੜਾ ਰਸਤਾ ਲੋੜਦਾ ਬੜੇ ਖੁਸ਼ ਹੋਈਏ ਰਾਜਾ ਜਦੋਂ ਸੋਚਣ ਲੱਗੇ ਪਹਿਲਾਂ ਪਰਖੀ ਤੇ ਲਾਓ ਜਿਹੜਾ ਚੇਲਾ ਬਣਨਾ ਆਇਆ ਕਿੰਨੇ ਪਾਣੀਆਂ ਚ ਆਖਣ ਲੱਗੇ ਸੁਖਦੇਵ ਜੀ ਤੁਸੀਂ ਗਰਮੀ ਲੱਗੀ ਦੀ ਹੈ ਇਹ ਕਰੋ ਸੁਖਦੇਵ ਜੀ ਨਹਾਲਣ ਲਈ ਬੜਾ ਸ਼ੈਲ ਕੋਸਾ ਪਾਣੀ ਕੀਤਾ ਠੰਡਾ ਪਾਣੀ ਜਿਹੜਾ ਵੀ ਚਾਹੀਦਾ ਹਾਂ ਤੇ ਜਿਹੜੀਆਂ ਜਵਾਨ ਜਵਾਨ ਗੋਲੀਆਂ ਜਾਂ ਨੌਕਰਿਆਣੀਆਂ ਕੁੜੀਆਂ ਉਹਨੇ ਕੁੜੀ ਵਿਆਖਿਆ ਕਿ ਕਿਸੀ ਮਹਾਤਮਾ ਦੀ ਮਲੀ ਮਲੀ ਵੱਲ ਕਿਸੀ ਬੁੱਟ ਨਾ ਲਾਓ ਸਾਬਣ ਲਾਓ ਤੇਲ ਲਾਓ ਜੇ ਲਓ ਮਹਾਤਮਾ ਦੀ ਵੱਲਣ ਲੱਗੀਆਂ ਇਸ ਲਈ ਤੇ ਮਹਾਤਮਾ ਦੀ ਪਰਖ ਹੋਈ ਜਾ ਤੇ ਕਿੰਨੇ ਕੁ ਪਾਣੀਆਂ ਚ ਕੁੜੀਆਂ ਸੀ ਬੜਾ ਚਿਰ ਨਵਾਲਿਆ ਲੇਕਿਨ ਉਹਦੇ ਸਰੀਰ ਚ ਕੋਈ ਤਬਦੀਲੀ ਨਹੀਂ ਆਈ ਮਤਲਬ ਉਹਨੇ ਮਣੇਗੀ ਜਿੱਤੇਗਾ ਉਹਨੇ ਕੁੜੀਆਂ ਸੁਣਾਇਆ ਰਾਜਾ ਇਹ ਤੇ ਪੂਰਾ ਯੋਗੀ ਹੈ ਉਹਦੇ ਯੋਗੀ ਉਹਨੇ ਚ ਕੋਈ ਸ਼ੱਕ ਨਹੀਂ ਆਖਣਗੇ ਬੜਾ ਖਰਾ ਉਹ ਰਾਜੇ ਦੀ ਆਖਣ ਲੱਗਾ ਰਾਜਾ ਮੈਂ ਤੌਲੇ ਜਾਣਾ ਹੈ ਤੇ ਬੰਦਿਆਂ ਕੋਲ ਉਹ ਗੀਤ ਸਿੱਖਣੇ ਨਾ ਇਸ ਲਈ ਤੂੰ ਮਿਗੀ ਉਹ ਗੁਰਮੰਤਰ ਦਈਓ ਅੱਜ ਅਸੀਂ ਗੁਰੂ ਦੇ ਉੱਪਰ ਸ਼ਰਧਾ ਨਹੀਂ ਗੁਰੂ ਤੋਂ ਸਮਝਦਾ ਹਾਂ ਇਹ ਟੱਬਰਦਾਰ ਹੈ ਕ੍ਰਿਸਤੀ ਹੈ ਤੇ ਮਹਾਤਮਾ ਪਰ ਇਹ ਛੜੀ ਬੁੱਢੇ ਦੀ ਅੜੀ ਭੰਨਣ ਲਈ ਸੀ ਗੁਰੂ ਨਾਲ ਤੁਸੀਂ ਆਖਣ ਲੱਗੇ ਬੱਚੂ ਮੈਂ ਤੇਰਾ ਗੁਰੂ ਨਹੀਂ ਬਣ ਪਰ ਜੇ ਤੂੰ ਵੀ ਗੁਰੂ ਬਣਾਉਣਾ ਹੈ ਤੇ ਰਾਤੀ 12 ਵਜੇ ਮੇਰੇ ਕੋਲ ਆਵੇ ਮੈਂ ਤੇ ਗੁਰਮੰਤਰ ਦੇ ਬੋਲੋ ਸ਼੍ਰੀ ਰਾਮ ਜੈ ਰਾਮ।
ਰਾਜਾ ਕਣਕ ਆਪਣੇ ਮਹਿਲਾਂ ਚ ਸੁੱਤੇ ਦਾ ਸੁੱਤੇ ਸੁੱਤੇ ਦੇ ਮੁਨੀ ਸੁਖਦੇਵ ਜੀ ਗੁਰਮੰਤਰ ਲੈਣ ਚਲੇ ਗਏ ਉਹਦੇ ਕੋਲ। ਬੜੀ ਸ਼ੈਲ ਲੋਭ ਵਾਲਾ ਵੀ ਮਹਿਲਾਂ ਚ ਰਾਜਾ ਜਿਹੜਾ ਆਪਣੇ ਮਹਿਲਾਂ ਚ ਸੁੱਤੇ ਦਾ ਜਿਹੜੀ ਰਾਜੇ ਦੀ ਰਾਣੀ ਸੀ ਉਹ ਵੀ ਉਸੇ ਕੜੇ ਪਲੰਘਿਆਂ ਪਰ ਲੇਟੀ ਸੀ। ਜਿਹੜਾ ਮੁਨੀ ਸੁਖਦੇਵ ਨੇ ਦੇਖਿਆ ਤੇ ਸਿਰੋਂ ਚੜੀ ਗਿਆ, ਆਖਣ ਲੱਗਾ ਇੰਨਾ ਮੂਰਖ ਮਹਾਤਮਾ ਰਾਜਾ ਜਿਹੜਾ ਮੇਰਾ ਗੁਰੂ ਬਣਿਆ ਕਰਦਾ, ਤੇ ਜੇ ਤੂੰ ਇੱਕ ਘੜੀ ਲਈ ਆਪਣੀ ਰਾਣੀ ਕੋਲਾਂ ਬੱਖੀ ਨਹੀਂ ਹੋ ਸਕਦਾ ਤੇ ਤੂੰ ਮੈਨੂੰ ਗੁਰਮੰਤਰ ਕਹਿ ਦੇਣਾ ਪਾ। ਉਹਦਾ ਮਨ ਕੀਤਾ ਵੀ ਇਸੀ ਨੇ ਸ਼ਰਾਪ ਦਿਆਂ ਤੇ ਭਸਮ ਕਰੀ ਗਿਆ। ਫਿਰ ਸੋਚਣ ਲੱਗਾ ਰਿਹਾ ਨਹੀਂ ਮੈਂ ਚੇਲਾ ਬਣਨਾ ਆਇਆ, ਇਸ ਲਈ ਗੁਰੂ ਦੇ ਪ੍ਰਤੀ ਐਸਾ ਸੋਚਣਾ ਨਹੀਂ ਚਾਹੀਦਾ। ਆਖਣ ਲੱਗਾ ਚਲੋ ਠੀਕ ਹੈ, ਅੱਖੀ ਮੀਟੀ ਲਈਆਂ ਤੇ ਸ਼ਰਾਪ ਹੈ ਨਹੀਂ ਦੇਖਿਆ। ਰਾਜਾ ਜਨਕ ਜਾਗਿਆ ਕਰਦੇ, ਜਿਹੜਾ ਰਾਜੇ ਜਨਕ ਦਾ ਹੱਥ ਹਾਂ ਉਹ ਰਾਣੀ ਦੀ ਛਾਤੀ ਉੱਪਰ, ਤੇ ਜਿਹੜੀ ਉਹਦੀ ਲੱਤ ਹੋਈ ਨਾ ਰਾਜੇ ਦੀ ਉਹ ਕੁਦੇ ਥੱਲੇ ਮੀਠੀ ਪਈ ਦੀ ਕੋਲਿਆਂ ਲਈ ਅੱਗ ਸੇਕਿਆ ਵਾ, ਪੈਰ ਕੁਦੇ ਮੀਠੀ ਦੇ ਵਿੱਚ ਵੜੀ ਗਿਆ। ਜੇ ਲੰਮੀ ਸ਼ੁਦੇ ਕੋਲ ਖੜੋਟ ਰੱਖੀ ਮੀਟੀ ਹੈ, ਰਾਜਾ ਆਖਣ ਲੱਗਾ ਮਹਾਤਮਾ ਜੀ ਅੱਖੀਆਂ ਕੀ ਮਿੱਟੀ ਹੁੰਦੀਆਂ, ਅੱਖੀਆਂ ਦੇ ਖੋਲ ਲੋ। ਉਹਨੇ ਗੁਰੂ ਦੇ ਅੱਖ ਨੇ ਪਰ ਅੱਖਾਂ ਖੋਲੀਆਂ, ਜਿਹੜਾ ਦੇਖਿਆ ਜਿਹੜਾ ਰਾਜੇ ਦਾ ਪੈਰ ਹੈ ਉਹ ਤੇ ਕੋਲੇ ਦੀ ਭਗੀ ਦੀ ਅੰਗੀਠੀ ਦੇ ਵਿੱਚ ਪਿਆ, ਉਹਦੇ ਕੋਲ ਅੱਖ ਹੋਈ ਆ ਗੁਰੂ ਜੀ ਪੈਰ ਕੱਢੀ ਲਾਓ ਸੜੀ ਨੀ ਬਾਤ। ਉਹਨੇ ਆਖਿਆ ਬੱਚੂ ਇਹ ਪੈਰ ਇਸੇ ਲਈ ਰੱਖੇਦਾ ਵੀ ਤੁਗੀ ਟਬਲਾ ਨਹੀਂ ਰਹੇਗਾ, ਜਿਹੜਾ ਰਾਣੀ ਦੀ ਛਾਤੀ ਉੱਪਰ ਹੱਥ ਰੱਖੇਦਾ ਉਸੀ ਸੁੱਖ ਨਹੀਂ ਮਿਲਿਆ, ਤੇ ਜਿਹੜਾ ਅੱਗੀ ਚ ਪੈਰ ਪਏਦਾ ਇਸੀ ਸੇਕ ਨਹੀਂ ਹੋਇਆ। ਮਤਲਬ ਆਖਣੇ ਦਾ ਉਹ ਆਪਣੇ ਸਰੀਰ ਦੀ ਸੁਧਿਆ ਕੋਲਾਂ ਪਰਿਆ ਹਾਂ, ਬ੍ਰਹਮ ਗਿਆਨ ਚ ਲੀਨ ਹਾਂ। ਇਹਨੇ ਚਿਰੇ ਦੇਖਿਆ ਰਾਜੇ ਦੀ ਛਾਤੀ ਉੱਪਰ ਇੱਕ ਕੱਚੇ ਧਾਗੇ ਕੰਨ ਤਲਵਾਰ ਵੱਜੀ ਦੀ, ਜਿਹੜੀ ਰਾਜੇ ਦੀ ਛਾਤੀ ਉੱਪਰ ਸਿੱਧੀ ਆਉਂਦੀ। ਉਹਨੇ ਕੌਲੇ ਕੀਤੇ ਆਖਿਆ ਗੁਰੂ ਜੀ ਇਹ ਤਲਵਾਰ ਪੱਖੀ ਕਰੀ ਉੜੋ, ਨਹੀਂ ਤਾਂ ਡਿੱਗੀਏ ਕਦੇ ਛਾਤੀ ਉੱਪਰ ਨਹੀਂ ਪਈ ਜਾ ਤੁਸੀਂ ਮਰੀ ਜਾਓ। ਬੋਲੋ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ।
ਰਾਜਾ ਗੱਲ ਕੱਖ ਲਗੇ ਬੱਚੇ ਤਲਵਾਰ ਆਪੂ ਵਧੀ ਦੀ ਹੈ ਤੇ ਕੁਦੇ ਮੇਰੀ ਮੋਤੀ ਦਾ ਚੇਤਾ ਨਹੀਂ ਭੁੱਲੀ ਜਾ ਕੇ ਮੈਂ ਵਿਸ਼ੇ ਦੇ ਸੁਖਿਆ ਚ ਗਲਤਾਨ ਹੋਈ ਜਾ ਇਹ ਤਲਵਾਰ ਮੈਂ ਆਪੂ ਜਾਣੀਏ ਬਣਾਏ ਤਾਂ ਕਿ ਹਰ ਵੇਲੇ ਮੌਤ ਜਿਹੜੀ ਹੈ ਉਹ ਮੇਰੀ ਯਾਦ ਰਵੇ ਤਾਂ ਉਸ ਲੈ ਮੈਨੂੰ ਸ਼ੁਭਦੇਵ ਆਖਣ ਲੱਗੇ ਮਹਾਰਾਜ ਮੇਰੀ ਤੁਸ ਗੁਰਮੰਤਰ ਦੇ ਲੋ ਜਿਹੜੀ ਮੇਰੇ ਅੰਦਰ ਖਾਮੀ ਹੀ ਨਾ ਜਿਹੜਾ ਮੈਂ ਤੁਸੀਂ ਕੀ ਭਾਵਨਾ ਕਰਨਾ ਦੇਖਦਾ ਹਾਂ ਉਹ ਨਿਕਲੀ ਏ ਉਹਨੇ ਅਸੀਂ ਗੁਰਮੰਤਰ ਦਿੱਤਾ ਆਪਣੇ ਪਿਤਾ ਕੋਲ ਗਿਆ ਉਹਦੇ ਕੋਲ ਅਜੇ 18,000 ਸ਼ਲੋਕ ਪੜ੍ਹੇ ਪਰ 18,000 ਸ਼ਲੋਕ ਪੜ੍ਹਨੇ ਦੇ ਬਾਅਦ ਫਿਰ ਤਪੱਸਿਆ ਕਰਨ ਗਿਆ ਜਿਹੜਾ ਰਾਜੇ ਪ੍ਰੀਖਿਤ ਜੀ ਸ਼ਾਪ ਹੋਇਆ ਉਹਨੇ ਕੀ ਕਥਾ ਸੁਣਾਉਣ ਲੱਗਿਆ ਬਾਲ ਕ੍ਰਿਸ਼ਨ ਲਾਲ ਕੀ ਸਰਵ ਸੰਤੋ।